ਵਾਹ ਵਾਏ ਦਿਲ ਦਰਿਆਏ, ਆਸ਼ਕਾਂ ਦੀ ਬੇੜੀ ਏ ਮਕੌੜਾ ਮਲਾਏ, ਲੋਕ ਚੜ੍ਹਦੇ ਭੈਣ ਸਾਰੀ ਸਲਾਏ। ਵਾਹ ਵਾਏ ਵਾਹ ਵਾਹ ਦੀ ਧੂੜੇ, ਸੱਚੇ ਜਾਂ ਕੂੜੇ, ਅੱਲਾ ਜਾਣੇ ਗੱਲ ਸੁਣੀ ਜ਼ਰੂਰੇ। ਤੁਹਾਡੇ ਵਡੇਰੇ ਆਉਂਦੇ ਹਨ ਉਕਾਵਾਂ ਕੋ ਪੀਲੂ ਲੱਗਦੇ ਹਨ, ਖੋਤਾ ਝੜ ਜੁਲਦਾ ਲੋਟਾ ਜਿਉਂ ਲੁੜਦਾ। ਪਪੀਲੀ ਪਈ ਹੈ ਸੁੱਤੀ, ਉੜ ਸਿਰਾਂ ਦੀ ਪਈ ਦਿੱਤੀ, ਉੱਤੋਂ ਲੰਘਾਏ ਹਾਥੀ ਆਦਿ ਕਿਹੜਾ ਮੋਇਆ ਲੌਂਗ ਕਿਰਿਆਂ ਦਾ। ਤੱਲੇ ਮਾਈ ਹੂਰ ਸੁੱਤੀ ਪਈ ਹੈ, ਨੌ ਮੁੜਕ ਜਲ ਪਾਤੇ, ਪਰਾਂ ਥੀ ਲੰਘ ਮੋਇਆ ਮਤਾਂ ਲੱਤ ਲੱਗੀ ਤਾਂ ਮੁੜਕਾ ਤੁਰਟ ਪਵੀ। ਏਣਾ ਬੀਣਾ ਜੇ ਆਖੇ ਤਾਂ ਕਿਸੇ ਦਾ ਮੁੜ ਛੇਣਾ, ਜੀ ਜਿਵੇਂ ਜੀ ਨਾਲ ਰੋਟੀ ਖਾਵੇਂ ਖੰਡ ਅਤੇ ਖੀਰ ਨਾਲ, ਦੁਸ਼ਮਣ ਮਰਨੇ ਡੇਢ ਦੀ ਪੀ ਨਾਲ, ਕੁਝ ਈ ਸਿਆਲੇ ਅਤੇ ਕੁਝ ਅਗਲੇ ਸਿਆਲੇ ਦੀ ਸੀ ਨਾਲ, ਈ ਨਾ ਮਰਨ ਤਾਂ ਮਰਨ ਸੁੱਕੀ ਹਰੀਣ ਨਾਲ। ਛਾਮ 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 ਘੋੜਾ ਆ ਗਿਆ ਮੈਦਾਨ, ਚਾਂਦੀ ਦਾ ਲੰਮਾ ਸੋਨੇ ਦੀ ਲਗਾਮ, ਨਾ ਇੱਕ ਲੁਕਮਾ ਸੁੱਬਾ ਨਾ ਡਾ ਲੁਕਮੇ ਸ਼ਾਮ, ਨਾ ਇੱਕ ਯਾਰ ਪੁਖਤਾ ਨਾ ਡਾ ਯਾਰ ਖਾਮ, ਛਿੱਕ ਅਤੇ ਮਾਰਾਂ ਗਲੋਲਾ ਰਾਵੀ ਦੇ ਚੰਨਾ, ਕਾਂ ਦਾ ਬੰਨਾ ਚੋਕੜਾ ਅਤੇ ਤੋਤੇ ਦੀ ਬਣ ਗਈ ਬਾਹਾਂ, ਅੱਲਾ ਅੱਲਾ ਸੁੱਤਿਆਂ ਦੀ ਖੈਰ ਜਾਗਦਾ ਦਾ ਭੱਲਾ, ਪੱਲੇ ਰਿਜ਼ਕ ਨਾ ਬਧਨ ਪੱਖੀ ਅਤੇ ਦਰਵੇਸ਼, ਜਿਨ੍ਹਾਂ ਕੋ ਤਕਵਾ ਰੱਬ ਦਾ ਉਹਨਾਂ ਕੋ ਰਿਜ਼ਕ ਹਮੇਸ਼, ਦਿਲ ਨਾਲ ਦਿਲ ਰਾਹ ਨਾਲ ਰਾਹ, ਮਾਰ ਕਹੇ ਕਈ ਬਾਦਸ਼ਾਹ ਬਾਦਸ਼ਾਹੀ ਤਾਂ ਰੱਬ ਦੀ ਏ, ਉਹ ਜ਼ਮੀਨ ਦੇ ਟੁਕੜੇ ਦਾ ਬਾਦਸ਼ਾਹ। ਉਸ ਬਾਦਸ਼ਾਹੀ ਦੀ ਨਗਰੀ ਦੇ ਵਿੱਚ ਇੱਕ ਮਿਰਾਸੀ ਰਹਿੰਦਾ ਆਈ, ਜਿਹੜਾ ਮੱਛੀਆਂ ਪਕੜ ਆਪਣੀ ਜ਼ਿੰਦਗੀ ਗੁਜ਼ਰਿਆਂਦਾ ਆਈ। ਇੱਕ ਜਮਾਨਾ ਮਿਰਾਸੀ ਵਹਿੰਦਾ ਪੀ ਮੱਛੀਆਂ ਪਕੜਿਆਂਦਾ ਬੈਠਾ, ਸਾਰੀ ਜਮਾਨ ਕੁੰਡੀ ਸੱਟੀ ਸੀ, ਕੋਈ ਮੱਛੀ ਨਹੀਂ ਪਕੜੀ ਜੀ, ਅਤੇ ਦਿਲ ਸੁੱਚਿਆਂਦਾ ਬੈਠਾ, ਅੱਲਾ ਸਹੀ ਹਾਂ ਅੱਜ ਘਰ ਮੱਛੀ ਨਹੀਂ ਕੋਈ ਪਕੜੀਂਦੀ ਤਾਂ ਬਾਲ ਭੁੱਖੇ ਮਰ ਸਨ। ਹਾਲ ਇਹ ਗਾਲ ਸੁੱਚਿਆਂਦਾ ਬੈਠੇ, ਉੱਤੋਂ ਹੰਸ ਪੱਖੀ ਦੀ ਗੁਜ਼ਰਾਨ ਥਈਏ, ਅਤੇ ਉਸ ਰੀਠਾ ਵੀ ਇੱਕ ਬੰਦਾ ਹੈ ਜ਼ਮੀਨ 'ਤੇ ਜਿਹੜਾ ਪਰੇਸ਼ਾਨ ਬੈਠੇ, ਉਸ ਕਹਾ ਅੱਜ ਤੁਹਾਨੂੰ ਜੰਗਲਾਂ ਦੇ ਜਾਨਵਰਾਂ ਨਾਲ ਪਰਿੰਦਾਂ ਨਾਲ ਯਾਰੀ ਲਾਈਏ, ਅਤੇ ਡਿੱਠੀਏ ਅੱਜ ਇਨਸਾਨ ਨਾਲ ਯਾਰੀ ਲਾ ਤਾਂ ਦੇਖਾਂ ਉਹ ਕੀ ਕਰਦੇ। ਉਹ ਉੱਥੇ ਕਿ ਲੱਥ ਹੈ ਮਿਰਾਸੀ ਦੇ ਕੋਲ ਆ ਗਈ ਹੈ, ਉਹ ਆਦੇ ਪਰੇਸ਼ਾਨ ਹੈ, ਉਸ ਕਹੀ ਮੇਰੇ ਅੱਜ ਮੱਛੀ ਕਹਿਣੀ, ਮੇਰੇ ਬਾਲ ਭੁੱਖੇ ਮੁੜਸਨ, ਉਸ ਕਹ ਬਹਿ ਮੈਂ ਨਾਲ ਗੱਪ ਛਪ ਲਾ, ਵਹਿੰਦੇ ਬਾਕੀ ਤੱਕ ਤੋਹਫਾ ਦੇ ਸਾਂ, ਮੱਛੀ ਘਰ ਬਹਿ ਤਾਂ ਪਕਾਵੇਂ, ਬਾਲਾਂ ਖਵਾਵੇਂ, ਜੇ ਬਾਲਾਂ ਤਾਂ ਖਵਾ ਗਈ ਤਾਂ ਬਾਦਸ਼ਾਹ ਉੱਠੀ ਦੇ ਤੱਕ ਸਲਾਮ ਕਰੇ ਸੀ। ਉਸ ਇਵੇਂ ਕੀਤਾ, ਜਿਹੜੇ ਲਈ ਗੱਪ ਛੱਪ ਬੇਲੀ ਦੇ ਵੰਨਣ ਦਾ ਟਾਈਮ ਥੀ, ਆਓ ਹੰਸ ਪੱਕੀ ਟੁਬਕੀ ਮਾਰੀ, ਮੱਛੀ ਪੱਕੇ ਤਾਂ ਬੇਲੀ ਗੜੀ ਤੋਂ ਸੀ, ਮੱਛੀ ਲਿਆ ਤਾਂ ਬੇਲੀ ਆ ਗਈ ਆ, ਰਸਤੇ ਜਾਂਦਾ ਪੀਏ, ਅਤੇ ਰਸਤੇ ਜਿਹੜੇ ਲਈ ਆਉਂਦਾ ਪੀਏ, ਰਸਤੇ 'ਚ ਇੱਕ ਹਿੰਦੂ ਟੱਕਰਿਆ, ਉਹ ਆਦ ਯਾਰ ਅੱਜ ਮੇਰੇ ਘਰ ਮਹਿਮਾਨ ਆ ਬੈਠਣ, ਤੂੰ ਮੱਛੀ ਜਿਹੜੀ ਹੈ ਮੈਂ ਕੁਰੇ ਜਾ, ਮੈਂ ਪਕਾ ਤਾਂ ਖਵਾਉਣਾ। ਉਸ ਕਹਿੰਦਾ ਨਾ ਯਾਰ, ਅੱਜ ਜਿਹੜੀ ਮੱਛੀ ਹੈ ਭਾਵੇਂ ਤੂੰ 1000 ਰੁਪਏ ਦੇਵੇਂ, ਮੈਂ ਨਾ ਦੇਵਾਂ, ਕਿਉਂ ਮੈਂ ਕੋਈ ਤੋਹਫਾ ਮਿਲਿਆ। ਉਸ ਕਹਿੰਦਾ ਯਾਰ ਤੂੰ ਇਹ ਕਰ, ਅੱਗੇ ਰੁਪਏ ਰੂ ਦੀ ਮੱਛੀ ਦੇ ਨਾਵੇਂ, ਵੰਨ ਆਪਦਾ ਮੂੰਹ ਮੰਗਾ ਲੈ, ਤੂੰ 1000 ਲੈ, ਤੂੰ ਮੈਂ ਮੱਛੀ ਦੇ ਚਾਂ, ਤੁਕ ਪਤਾ ਸਭ ਤੁਕ ਜਿਹੜੀ ਜ਼ਾਤ ਨਹੀਂ ਜ਼ਾਤ ਮਿਰਾਸੀਆਂ ਦੀ ਆਉਂਦੀ ਹੈ, ਇਹਨਾਂ ਦੇ ਹੱਥ ਪੈਸੇ ਆਵਣੇ ਨੇ, ਗੋਸ਼ਤ ਬਗੈਰ ਰੋਟੀ ਨਹੀਂ ਖਾਂਦੇ। ਉਸ 1000 ਕੁੜੀਠਾ, ਉਸ ਕਭਾ ਲਾ, ਅੱਗੇ ਰੁਪਏ ਰੂ ਦੀ ਵਿਕਦੇ, 1000 ਦੀ ਵਿਕਦੀ, ਮੈਂ ਕਿ ਚਾਹਨਾ। ਉਸ 1000 ਦੇ ਵਿੱਚ ਹੀ 1000 ਲੈ ਤਾਂ ਘਰ ਗਿਆ, 8 ਜਵਾਰ ਸਕੂਨ ਦੇ ਗੁਜ਼ਰਿਆਂ, 8 ਜਵਾਰ ਵੱਲ ਬੇਲੀ ਕੁੰਡੀਆਂ ਚਾਤਿਆਂ ਦੇ ਦਰਿਆ ਦੇ ਕਿਨਾਰੇ ਪੁੱਜ ਗਿਆ, ਲਾਈ ਬੈਠੇ ਸ਼ਿਕਾਰ ਅਤੇ ਕੁੰਡੀਆਂ, ਤੂੰ ਤੂੰ ਹੰਸ ਪੱਖੀ ਦੀ ਗੁਜ਼ਰਾਨ ਥਈ, ਉਸ ਅੱਲਾ ਨਾ ਭੁਲਾਵੇ ਤਾਂ ਯਾਰ ਉਹਨਾਂ ਬੈਠੇ। ਉਸ ਮਾਰੇ ਕਲਟੀ ਜ਼ਮੀਨ 'ਤੇ ਆ ਬੈਠਾ, ਯਾਰ ਉਹਨਾਂ ਕੋਈ ਸੁਣਾ ਬੇਲੀ, ਲੱਗਦਾ ਤੇਰਾ ਚਿਹਰਾ ਦੱਸਿਆ ਅੱਜ ਤੈਂ ਜਿਹੜੀ ਮੱਛੀ ਤੱਕ ਪਕੜੀ ਅਤੇ ਤੈਂ ਕਹਿੰਦੀ ਖਾਧੀ ਹੈ। ਉਸ ਕਹਾ ਵਾਕਈ ਮੈਂ ਕਹਿੰਦੀ ਖਾਧੀ ਹੈ। ਹੁਣ ਉਸ ਮੱਛੀ ਦੇ ਬਾਰੇ ਤੱਕ ਮੈਂ ਦੱਸਣਾ ਕਿ ਉਹ ਮੱਛੀ ਜਿਹੜੇ ਹਿੰਦੂਆਂ ਦੇ ਘਰ ਬਣਾਈ ਹੈ, ਇਹਨਾਂ ਤੋਂ ਉਹਦੇ ਵਿੱਚ ਡੂ ਲਾਲ ਨਿਕਲਿਆ, ਨੇਕ ਲਾਲ ਦੀ ਜਿਹੜੀ ਕੀਮਤ ਆਈ ਉਹ 7 ਬਾਦਸ਼ਾਹਾਂ ਦੇ ਪੈਸਿਆਂ ਦੇ ਬਰਾਬਰ ਆਈ। ਚਲੋ ਵਾਪਸ ਕਹਾਣੀ ਧਿਆਨ ਹੈ, ਅਤੇ ਉਸ ਅਗਰ ਲੱਗਦਾ ਵੀ ਚਿਹਰੇ ਤਰੇ ਤੋਂ ਲੱਗਦਾ ਉਹ ਮੱਛੀ ਤੈਂ ਕਹਿੰਦੀ ਖਾਧੀ, ਉਸ ਅਗਰ ਬਿਲਕੁਲ ਜਾ ਰਹੀ ਮੈਂ ਲਾਲਚ 'ਚ ਆ ਗਿਆ, ਮੈਂ ਕਹਿੰਦੀ ਖਾਧੀ। ਉਸ ਅਗਰ ਬਹਿ ਪਰੇਸ਼ਾਨ ਨਾ ਥੀ, ਗੱਪ ਛੱਪ ਲਾ ਦੇ ਵੰਨਣ ਪਵੇ ਤੱਕ ਮੱਛੀ ਦੇ ਸਾਂ, ਮੱਛੀ ਪਕਾ ਤਾਂ ਘਰ ਖਾਵੇਂ, ਜ਼ਿੰਦਗੀ ਤੇਰੀ ਸਲਾਮਤ, ਬਾਦਸ਼ਾਹ ਉੱਠੇ ਤੇ ਤੱਕ ਸਲਾਮ ਕਰੇ ਸਨ। ਉਸ ਵਹਿੰਦੇ ਬਾਕੀ ਉਸ ਮਾਰੀ ਟੁਬਕੀ, ਅੱਲਾ ਦਾ ਨਾਂ ਪੜ੍ਹਤੇ ਤਾਂ ਮੱਛੀ ਪੱਕੇ ਤਾਂ ਬੇਲੀ ਉਹਨਾਂ ਕੋਲ ਡੇਰੀ ਤੋਂ ਸੀ, ਮੇਰਾ ਸੀ ਮੱਛੀ ਚਾਹਤੀ ਤਾਂ ਸਕਾ ਅੱਜ ਹਰ ਸੂਰਤ ਮੈਂ ਘਰ ਖਾਸਾਂ, ਮੱਛੀ ਬੜਿਆਂਦੀ ਬੈਠੀ ਹੁੰਦੀ ਜ਼ਾਲ ਅਤੇ ਵਿੱਚ ਡੂ ਲਾਲ ਨਿਕਲਣ, ਲਾਲ ਦਾ ਲਾਲਾਂ ਕੋ ਚਾਹ ਤੇ ਆਖੇ ਮੈਂ ਵਹਿਣਾ ਬਾਜ਼ਾਰ 'ਚ ਵੇਚ ਆਉਣਾ। ਹੁਣ ਬਾਜ਼ਾਰ 'ਚ ਲਾਲ ਵਿਚਿਆਂਦਾ ਵਧਦਾ ਹੈ, ਬਾਜ਼ਾਰ 'ਚ ਲੋਕ ਦੁਕਾਨਦਾਰ ਆਦਨ, ਭਲਾ ਬਾਜ਼ਾਰਾਂ 'ਚ ਲਾਲ ਇੱਕ ਨਾ ਵਿਕੇ। ਉਸ ਅੱਗੇ ਵੱਲ ਕਿਤੇ ਵਿੱਚ ਹੋ ਸਕ ਵੰਨ, ਜਾਂ ਵੱਲ ਬਾਦਸ਼ਾਹੀ ਕੋ ਗਿਣਸੀ ਅਤੇ ਜਾਂ ਕੋ ਕੋਈ ਸੁਨਾਰ ਗਿਣਸੀ, ਕਿਉਂ ਸੱਚੇ ਲਾਲ ਦੀ ਜਿਹੜੀ ਕੀਮਤ ਹੁੰਦੀ ਹੈ ਉਹ ਅਗਰ ਉਹਦੀ ਅਦਾ ਨਾ ਕੀਤੀ ਵਿਆ ਤਾਂ ਲਾਲ ਫਟ ਪੈਣੇ ਆ। ਲਿਹਾਜ਼ਾ ਉਹਨਾਂ ਆਖਾ ਕਰੀ ਦੀ ਅਸਲ ਕੀਮਤ ਲਵਣੀ ਹੈ, ਬਾਦਸ਼ਾਹ ਕੋਲ ਚਲਾਵਣ ਜਾਂ ਸੁਨਾਰਾਂ ਕੋਲ ਚਲਾਵਣ, ਉਹ ਸੁਰਾਂ ਹੋ ਗਈ ਆ ਸੁਨਾਰਾਂ ਕੋਲ ਖੁਸ਼ੀ, ਮੈਂ ਵਿੱਚ ਨਾ ਲਾਲ। ਉਹਨਾਂ ਆਖਾ ਇਹਦੀ ਕੀਮਤ ਦੇ ਬਰਾਬਰ ਸਾਰੇ ਕੋਲ ਕੁਛ ਹੈ ਨਹੀਂ, ਇੱਕ ਕੀਮਤ ਸਾਦਾ ਨਹੀਂ ਕਰ ਸਕਦੇ, ਇੱਕ ਉਹ ਗਿਣੇ ਤਾਂ ਕੋਈ ਬਾਦਸ਼ਾਹ ਗਿਣੇ ਸਾਡਾ ਵੱਸ ਕਹਿ ਨਹੀਂ। ਹੁਣ ਉਹ ਵਹਿੰਦਾ ਪੀ ਰਸਤੇ 'ਚ ਉਹ ਹਿੰਦੂ ਜੀ ਕੋਸ ਪਹਿਲੀ ਮੱਛੀ ਵੇਖੇ ਜਿਹਦੇ ਘਰ ਡੂ ਲਾਲ ਆ ਪਹਿਲੇ ਤੂੰ ਪਾਇਆ, ਉਸ ਵਾਂ ਤਾਂ ਉਹ ਲਾਲ ਉਹ ਹਿੰਦੂ ਆਦਾ ਕਿ ਖੈਰ ਭਾਈ ਕਿਉਂ ਪਰੇਸ਼ਾਨ ਹੋ ਸਕੇ, ਡੂ ਲਾਲ ਵੇਚਣੇ ਹੋ ਸਕਾ ਭਾਈ, ਇਹਦੀ ਅਸਲ ਕੀਮਤ ਮੈਂ ਮਾਂ ਦੇ ਨਹੀਂ ਸਕਦਾ।
हाँ तू मैं कोई न कर माफ़, इंदे बदले तक मैं एक चीज़ लेना, तू अगर तक सौदा कबूल थी वे वो भी माफ़ कर, मैं कोई बशक दे में ए उंदे बदले, क्योंकि असल कीमत मैं अदा नहीं करना, उंदे बदले तक कोई देना चाहना। उस अक दस उस अक तक मैं अपने खजाने दी चाबी दे देना, जितने मर्जी खोता आले कर ले, अठ पार मेरे जे खजाने दे विचों पैसे माल डोंदे रहन, ते मैं अठवें पार चाबी वापस ले सन, जितना माल डोले सन तेरा उंदे बदले मैं को हा ए लाल दे देवे, ते लाल आंदे बदले मैं कोई तू बशे की देवे कि मैं इन्हें दसल की मत कहते सन ताकि फटे ना। उस आखे चलो ठीक है, उस खोता आला को सर की दा हिंदू को चाबी दे रही थी, अठवें पार खोता आला थक गए मदी डो डो ते चाबी उस वापस कर दी, डू लाल दिते बशेक चुड़ो सी। उस खोता आला को पूछा हाँ पुत्र भाई लाला दे आप दे मजदूरी, उन्होंने कहा ना कह तू यार सारा हमसाय तेरे को मजदूरी क्यों भला, वो जेडे डोने खड़े हैं और डू चक्कर इंदे घर ले आया ना, एक चक्कर अपने घर वाइन सट आने। चलो उस उनकी जाल उखा अल्लाह भला करी हूँ कोई इंतजाम कर ताकि आप ही को संभाल सकूँ। उस पैसे तो गुके दे रहे उस मिनट मारा समान आ गया, सत मंजिली कोठी खड़ी थी गई, मिरासी उन्दे रवन लग गया, मिरासी रवन लग गया। तो कुछ अरसे बाद उस नगरी का बादशाह हूँ मिरासी की कोठी को लंघा, हो सके मेरी नगरी के कौन है जरा इतनी वही कोठी बनाई बैठे, ये कोई बई नगरी का बादशाह है जरा मेरे से कब्जा करना चाहता है। उस वजीर को भेजा सा कवान सिंह को पैगाम पहुँचा मेरी नगरी खाली कर दे। जल्द मिरासी को गया और वजीर पैगाम लिया तो बादशाह का, बादशाह आ मेरी नगरी खाली करो, सके चल चल तू कौन तो मैं कौन, तो पता है मिरासियाँ तो लै जाता, हो सके तू वन मैं तेरे बादशाह को जानना तेरे को जानना। चलो वजीर वापस चला गया बादशाह को, जल्द पहुँचा बादशाह को गाल सुने सी, बादशाह दूसरे वजीर को भेजा, दूसरा वजीर जरा थोड़ा समझदार आई वो आया, हो सके बादशाह आ तू मेरे को आवन, जो जे कपड़े मैं पैसा वो जो कपड़े तू पावे, जड़ा खाना मैं खासा वो जो खाना तू खावे, जेडे तख्त मैं पासा तक हूँ तख्त बलैसा, एक गाल तू सुनावे एक गाल मैं सुनासा, शाम को 100 रुपया लवें तो घर आम ने। मिरासी दे दिल दे अंदर जरा लालच आई, लालच इंसान आई, वो जाग भी आ तो पता है मिरासिया ने नेचर था कि वो अंदरों का पैसा वाला जरा लालच आई जाग भी आ, तो उस हामी भर गई थी बादशाह लै तो बंदा टुर पी आ। हूँ वजीर सोचा वह हो सके असल बादशाह कहने जरा 100 रुपया तो विका वह ये कोई घटिया कौम है जी हूँ भुखी आई तो हूँ रज रज पई है। बादशाह को लैते पहुँच गया, बादशाह खड़ा थे खड़ा है, उठी तो सलाम की थे उक बुलाया सी, जेडे तख्त खुद बैठा है उकू हूँ तख्त बुलाया सी, जियो जहा खाना खुद खाँदा पिया वो जो खाना मिरासी खवाया सी, जियो जहा कपड़े वो पाती बैठा है वो जो कपड़े मिरासी को पवा छोड़े सी। तो बादशाह बैठे एक गाल बादशाह सुनावे एक गाल मिरासी सुनावे, रोज़ाना 100 रुपया लवे तो घर आवे। वक्त आई गुजरता वह बादशाह बीमार थे गया, नगरी का बादशाह जिंद को मिरासी वह खड़ा, बादशाह बीमार थे गया, हकीम तजवीज़ किताब हंस राज पक्षी दे पक्षी का खून हो बादशाह को मिलेसो तो बादशाह ठीक सी, वरना बादशाह ठीक नहीं थींदा। बादशाह का पुत्र एक लाल बादशाह, लाल बादशाह जिडे मूंह करेंदा है परिंदा के परिंदे मार छुड़ेंदा है, लेकिन वो परिंदा ना ही हाथ आंदा पिया जिंदा खून चाहिए है। हूँ उस मिरासी सोचा सका बादशाह सलामत हंस राज पक्षी का खून लाया तो मैं लिया बह कह जरूरत कह नहीं बादशाह, अगर तू हंस राज पक्षी का खून खेनते आने तो वह लद्दी बादशाह मैं तेरे ना करे सा। मिरासी के अंदर का लालची इंसान जागा, हो सका यार और जो मैं रहा और सका बादशाह सलामत सवेरे मैं दरिया के बेट तो वैसा मच्छियाँ पकड़न अपने वजीरों को भेज छोड़े, मैं जेड़े खंखूरा मरे सन तो ये हमला करे सन हंस राज पक्षी को पकड़ लिया सन, गर्दन उड़ा तो खून भरे सन तक वात रेड़े सन। बादशाह का ठीक है भाई माना बेलियों ने कपड़े बदलाए, कपड़े बदला तो उ अपनी कुंडिया चतोने ते दरिया के बेड़ वन बैठे हंस राज पक्षी की गुजरान तई है, उस रेट होवे ना तो यार होना मैरन तो मिलन आया बैठे हंस राज पक्षी उडारी मारे घाम कटाया सी बेली को लात बैठे आके तेरे चेहरे तू होने लगता है भावे तू मच्छी पकड़न आया बैठे तेरे चेहरे तू लगे कि वो मच्छी तय हूँ पका तो तै खुद खा दी है हूँ तू दिल सोच तक बादशाह उठी तो सलाम करें दो सी गप शप लगे बैठे न सको यार बस मैं कैसा की जरूरत कह नहीं मैं सिर्फ तक मिलना है हो सको मिलना है तो गप शप ला हाल चाल वंडा हाल चाल वंडा ने बैठे डूए तो मिरासी खंगूरा मारे वजीर घाम कटाए उन्हें पकड़ के तलवार नाल गर्दन कट्टन लगे लाल बादशाह पिछू इन्हों को हंस राज पक्षी देख दे पारू वजीर के पिछू आया लोग तो सके देखा ये कड़ा पक्ू है जरा मेरे तो चुक रुक होए उस डेले गाल सुनी हंस राज पक्षी दी तो ऊंधी तो उस डेले उन्दा गर्दन कट्टन लगे वजीर तो उस रोक दी तो लाल बादशाह सका
ਰੁਕਮਨ ਵਜ਼ੀਰ ਹੋ ਇੱਕ ਉਮਰ ਹੋਣਾ। ਕਿਉਂਕਿ ਹੰਸ ਰਾਜਪੱਖੀ ਪਰੇਸ਼ਾਨ ਥੀ ਗਿਆ ਹੈ, ਉਸ ਅੱਗੇ ਵਜ਼ੀਰਾਂ ਕੋ ਆਖਿਆ ਇੱਕ ਉਮਰ ਹੋਣਾ। ਉਸ ਵਜ਼ੀਰਾਂ ਆਖਿਆ ਆਪਣੇ ਪਿਤਾ ਦੇ ਪਿਓ ਦੀ ਜ਼ਿੰਦਗੀ ਦਾ ਸਵਾਲ ਹੈ, ਉਸ ਅੱਗਾ ਅਗਰ ਮੇਰੇ ਪਿਓ ਮਰਨਾ ਹੈ ਤਾਂ ਬੇਸ਼ੱਕ ਕਿਵੇਂ ਮਰ ਬਣੇ, ਲੇਕਿਨ ਇਹਦੇ ਖੂਨ ਇੱਕ ਉਮਰ ਤਾਂ ਮੇਰਾ ਪਿਓ ਬੱਚੇ ਇਹਦੀ ਜ਼ਰੂਰਤ ਕਹਿਣੀ, ਕਿਉਂ ਅੱਲਾ ਸਾਈਂ ਕੋਲ ਰੂਹ ਵੰਡਣੀ ਇੱਕ, ਚਾਹੇ ਬਾਦਸ਼ਾਹ ਮੇਰੇ ਪਿਓ ਦੀ ਵੰਡੇ ਚਾਹੇ ਉਸ ਪੱਖੀ ਦੀ ਵੰਡੇ। ਵਜ਼ੀਰਾਂ ਬਾਦਸ਼ਾਹ ਦਾ ਆਰਡਰ ਆਈ, ਬਾਦਸ਼ਾਹ ਦੇ ਪੋਤਰ ਦਾ ਆਰਡਰ ਆਈ, ਵਜ਼ੀਰਾਂ ਛੋੜ ਦਿੱਤਾ। ਹੰਸ ਰਾਜਪੱਖੀ ਉੱਡਦਾ ਹੋਇਆ ਦਰਖਤ ਵੰਨ ਚੜ੍ਹਿਆ, ਉਹਦੇ ਅੱਖੀ ਦੇ ਵਿੱਚ ਸੌ ਸੌ ਨੀਰ ਹਨ, ਰੋਂਦਾ ਬੈਠਾ। ਉਸ ਆਖਿਆ ਮੈਂ ਕਿਆ ਵਫਾ ਕੀਤੀ, ਇਨਸਾਨ ਮੇਰੇ ਨਾਲ ਕੀ ਵਫਾ ਕੀਤੀ। ਉਸ ਲਾਲ ਬਾਦਸ਼ਾਹ ਕੋ ਆਖਿਆ ਛੁਰੀ ਤਲੁੱਤਾ ਮੈਂ ਕੋ ਬਚਾਏ, ਹੁਕਮ ਕਰ ਪਰੇਸ਼ਾਨੀ ਕਿਆ। ਉਸ ਕਹੀ ਮੈਂ ਮੇਰਾ ਪਿਓ ਬਿਮਾਰ ਹੈ, ਉਹ ਕੋ ਹੰਸ ਰਾਜਪੱਖੀ ਦਾ ਖੂਨ ਚਾਹੀਦਾ। ਉਸ ਆਖਿਆ ਲਾਲ ਬਾਦਸ਼ਾਹ ਛੁਰੀ ਤਲੁੱਤਾ ਮੈਂ ਕੋ ਬਚਾਏ, ਅੱਜ ਤੱਕ ਮੈਂ ਬਚਾਉਣਾ, ਉਥੋਂ ਬੈਠੇ ਤੀਰ ਮਾਰ ਮੇਰੇ ਮੋਰ ਦੇ ਵਿੱਚੋਂ ਖੂਨ ਨਿਕਲ ਸੀ, ਜਿਤਨਾ ਖੂਨ ਚਾਹੀਦਾ ਬਾਹਰ ਲਵੇਂ, ਬਾਕੀ ਖੂਨ ਰੋਕ ਦੇਵੇਂ, ਜ਼ਿੰਦਗੀ ਰਹੀ ਸਲਾਮਤ ਤਾਂ ਵੱਲ ਵੀ ਤੇਰਾ ਗੁਲਾਮ ਰਾਸਾਂ। ਉਸ ਤੋਂ ਤੀਰ ਮਾਰਾ, ਉਹਨਾਂ ਖੂਨ ਦਿੱਤਾ ਚਾਹੀਦਾ ਹੈ ਬਾਹਰ ਕਿਦਾ, ਬਾਕੀ ਰੇਤ ਸੱਟ ਅਤੇ ਉਹਦੇ ਪੱਖਾਂ 'ਤੇ ਉਹ ਖੂਨ ਬੰਦ ਕਰ ਦਿੱਤਾ। ਹੰਸ ਰਾਜਪੱਖੀ ਇੱਕ ਉਹਦਾ ਖੰਭ ਅਤੇ ਇੱਕ ਪੱਥਰ, ਉਸ ਕੱਢਣ ਜ਼ਰੂਰਤ ਪਵੀ, ਮੁਸ਼ਕਿਲ ਪਵੀ, ਪੱਖ ਅਤੇ ਪੱਥਰ ਕੋ ਰਗੜ ਮਾਰੇ, ਮੈਂ ਜਿੱਥੇ ਉਸ ਮੈਂ ਹਾਜ਼ਰ ਸੀ ਵੈਸਾ। ਤੁਰ ਪਏ ਵਜ਼ੀਰਾਂ ਵਾਂ ਤਾਂ ਬਾਦਸ਼ਾਹ ਸਲਾਮਤ ਗੋਲਟੀਆਂ ਸੀਧੀਆਂ ਪੱਟੀਆਂ ਲਾਈਆਂ। ਉਸ ਕਹ ਤੇਰਾ ਪੁੱਤਰ ਤਾਂ ਤੇਰਾ ਹਮਦਰਦ ਕਹਿ ਨਹੀਂ, ਤੇਰਾ ਪੁੱਤਰ ਤੇਰਾ ਹਮਦਰਦ ਕਹਿ ਨਹੀਂ, ਤੇਰਾ ਹਮਦਰਦ ਤੋਂ ਮਿਰਾ ਸੀ ਹੈ, ਉਹ ਤਾਂ ਉਹਦਾ ਖੂਨ ਕੁਡਾ ਛੋੜਿਆ ਸੀ, ਪਕੜੀ ਖੜਿਆ ਸੀ। ਬਾਦਸ਼ਾਹ ਹਮੇਸ਼ਾ ਦੂਰੇ ਕਰਦੇ ਹੋਣੇ, ਉਸ ਜਿਹੜੇ ਮੁਲਾਜ਼ਮਾਂ ਕੋ ਸਾਡਾ ਉਹ ਕੋ ਖੁਸ਼ ਲੈ ਲਾਲ ਬਾਦਸ਼ਾਹ ਕੋ ਰੋਟੀ ਡਾਉਣ ਵੰਨੇ ਨਾ, ਉਹਦੀ ਜੁੱਤੀ ਮੂੰਦੀ ਕਰ ਦੇਵੇ। ਹਮੇਸ਼ਾ ਬਾਦਸ਼ਾਹ ਦੇ ਘਰ ਅਗਰ ਕਹਿੰਦੇ ਜੁੱਤੀ ਮੂੰਦੀ ਥੀਂਦੀ ਹੈ ਨਾ, ਤਾਂ ਉਹਦਾ ਮਤਲਬ ਹੁੰਦਾ ਵੀ ਤੇਰੇ ਇਸ ਘਰ ਵਿੱਚ ਦਾਣਾ ਪਾਣੀ ਖਤਮ, ਤੂੰ ਇੱਥੇ ਨਿਕਲ, ਯਾਨੀ ਕਿ ਦੇਸ਼ ਦੀ ਖਾਲੀ ਜੀ ਕੋ ਆਪਾਂ ਖੇਨੇ। ਗੁਲਾਮ ਜਿਹੜੀ ਮੁਲਾਜ਼ਮਾਂ ਆਈ ਰੋਟੀ ਚਾਤ ਗਈ, ਲਾਲ ਬਾਦਸ਼ਾਹ ਕੋ ਰੋਟੀ ਦੇ ਅਤੇ ਪਿੱਛਾ ਮੁੰਡਨ ਪਏ, ਪੇਰ ਨਾਲ ਜੁੱਤੀ ਮੂੰਦੀ ਕੀਤੀ ਸੀ। ਲਾਲ ਬਾਦਸ਼ਾਹ ਦੇ ਕੇ ਉਸ ਮੁਲਾਜ਼ਮਾਂ ਕੋਲ ਪੁੱਛਿਆ ਖੈਰ ਹੈ, ਮੁਲਾਜ਼ਮਾਂ ਮੇਰੀ ਰੋਟੀ ਵਾਪਸ ਹੋਣ। ਉਸ ਅੱਗੇ ਕਿਉਂ, ਉਸ ਅੱਗਾ ਮੇਰਾ ਇਸ ਘਰ ਦੇ ਜੋ ਦਾਣਾ ਪਾਣੀ ਖਤਮ, ਯਾਰ ਹੋਣਾ ਵਹਿੰਦੇ ਪੈਣ। ਬੇਲੀ ਹੋਰਾਂ ਟੁਰੇ ਦਰਿਆ ਦੇ ਮਣੀ 'ਤੇ ਆ ਬੈਠਣ, ਉਸ ਅੱਗੇ ਯਾਰ ਹੋਣਾ ਆਸਨ, ਲੇਕਿਨ ਯਾਰ ਹੋਣਾ ਕੋਈ ਪੱਤਾ ਹੋਵੇ ਤਾਂ ਯਾਰ ਹੋਣਾ ਆਵੇਨ। ਸਵੇਰੇ ਥਈਏ ਬੇਲੀ ਅੰਗੜਾਈ ਮਾਰੀ ਹੈ, ਜੇਬ ਵਿੱਚ ਹੱਥ ਮਾਰਿਆ ਸੀ ਤਾਂ ਪੱਖ ਅਤੇ ਇੱਕ ਉਹਦਾ ਪੰਖ ਅਤੇ ਇੱਕ ਉਹ ਪੱਥਰ ਵੱਧਾ ਆਈ। ਉਸ ਅੱਗੇ ਯਾਰ ਹੋਣਾ ਕੋ ਸਾਡਾ ਕਹਿੰਦੇ ਯਾਰ ਹੋਣਾ ਕਿ ਉਸ ਪੱਕੂ ਅਤੇ ਉਸ ਪੱਥਰ ਅਤੇ ਖੰਭ ਕੋ ਰਗੜ ਮਾਰੀਏ, ਯਾਰ ਹੋਣਾ ਗਮ ਕਢਾਈਏ। ਉਸ ਅੱਗੇ ਲਾਲ ਬਾਦਸ਼ਾਹ ਰਾਤ ਸਾਰੀ ਰਾਤ ਇੰਤਜ਼ਾਰ ਹੈ ਰਹੀਆਂ, ਰਾਤ ਮਹਿਤ ਬਗੈਰ ਗੁਜ਼ਾਰੀ ਤਾਂ ਗੁਜ਼ਾਰੀ ਕਿਵੇਂ ਵੀ, ਮੈਂ ਤੇਰਾ ਨੌਕਰ ਹਾਜ਼ਰ ਹਾਂ, ਜਿਵੇਂ ਆਖ ਉਵੇਂ ਕਰੇ ਸਾਂ, ਜ਼ਿੰਦਗੀ ਜ਼ਰੂਰਤ ਪਈ ਤਾਂ ਗੱਲ ਦਾ ਖੂਨ ਵੀ ਦੇ ਸਾਂ। ਉਸ ਅੱਗੇ ਅੱਛਾ ਬੇਲੀ ਉਸ ਹੰਸ ਰਾਜ ਕੋ ਚਾਹਤਾ ਚਾਹਤ ਅਤੇ ਸੱਤ ਬਾਦਸ਼ਾਹ ਦੂਰ ਇੱਕ ਬਾਦਸ਼ਾਹੀ ਦੇ ਵਿੱਚ ਵਾਂਦੋ ਕੋ ਛੋੜ ਦਿੱਤੋ ਸੀ, ਕੋਈ ਹੀਰੇ ਜਵਾਹਰਾਤ ਦਿੱਤੋ ਸੀ, ਆਖੇ ਅੱਜ ਤੂੰ ਦੇਹ ਦਾ ਹੀ ਥੈਂਦਾ, ਮੈਂ ਦੇਹ ਦਾ ਬਾਲਾਂ 'ਚ ਵੈਸਾਂ, ਰਾਤ ਸ਼ਾਮ ਕੋ 8 ਵਜੇ ਤਾਰੇ ਕੋਲ ਆਉਂਦਾ ਸਾਂ, ਰਾਤ ਤਾਰੇ ਕੋਲ ਆਉਂਦਾ ਸਾਂ, ਸਵੇਰੇ ਮੈਂ ਆਪਣੇ ਬਾਲਾਂ 'ਚ ਲਵਾਂਦਾ ਸਾਂ। ਉਸ ਕੋ ਹੀਰੇ ਜਵਾਹਰਾਤ ਦਿੱਤੇ, ਹੀਰੇ ਜਵਾਹਰਾਤ ਬੇਲੀ ਰਹਿ ਅਤੇ ਉੱਥੇ ਇੱਕ ਮਕਾਨ 'ਤੇ ਰਹਿਣ ਲੱਗ ਗਿਆ, ਕਿਰਾਏ ਦਾ ਮਕਾਨ ਕਿਤੋਂ ਸੀ ਰਹਿਣ ਲੱਗ ਗਿਆ। ਰਾਤ ਦਾ ਸ਼ਾਮ ਕੋ ਹੰਸ ਰਾਜ ਪੱਖੀ ਆਵੇ, ਗੱਪ ਕੜਾਕ ਲਾਵੇਨ, ਸਵੇਰੇ ਬੇਲੀ ਵਾਪਸ ਚਲਾ ਵਨੇ, ਇਹ ਆਪਣੇ ਕੰਮ 'ਤੇ ਲੱਗ ਵਨੇ। ਜਿਹੜੇ ਹੰਸ ਰਾਜਪੱਖੀ ਵਾਪਸ ਵਨੇ ਤਾਂ ਲਾਲ ਬਾਦਸ਼ਾਹ ਦੇਖੇ ਵੀ ਸਾਹਮਣੇ ਇੱਕ 7 ਮੰਜ਼ਲੀ ਮਾਰਾ ਅਤੇ ਉੱਥੋਂ ਅਚਾਨਕ ਹੀ ਮੈਂ ਬਾਹਰ ਦਾ ਛੋਲਾ ਨਿਕਲਦਾ ਅਤੇ ਮਿੱਸੇ ਵਹਿੰਦੇ, ਅਤੇ ਉਸ ਹੰਸ ਰਾਜਪੱਖੀ ਸ਼ਾਮ ਕੋ ਆਇਆ, ਉਸ ਪੁੱਛਾ, ਉਸ ਅੱਗੇ ਯਾਰਵੀਂ ਉਸ ਅੱਗੇ ਤੂੰ ਮਲੂਮਾਤ ਤੂੰ ਗਿਣ ਲੈ ਤਾਂ ਵਨਣਾ, ਯਾਰ ਉਹਨਾਂ ਦਾ ਕੰਮ ਹੈ, ਅੱਗੋਂ ਮੇਰਾ ਕੰਮ ਹੈ, ਮੇਰੀ ਡਿਪਟੀ ਹੈ। ਉਸ ਅੱਗੇ ਚਲੋ ਉਹ ਬੇਲੀ ਰਾਤ ਦੀ ਗੱਪ ਛੱਪ ਲਿਆਉਣੇ, ਰਾਤ ਸਵੇਰੇ ਬੇਲੀ ਦੇਹ ਥੀ ਆ ਬੇਲੀ ਆਪਣੇ ਬਾਲਾਂ 'ਚ ਲੱਗ ਗਿਆ, ਕਿਉਂਕਿ ਯਾਰ ਤੋਂ ਬਗੈਰ ਉਹ ਵੇਲਾ ਆਈ। ਉਹ ਸਵੇਰੇ ਹੀਰੇ ਵੇ ਕੁਝ ਹੀਰੇ ਦਿੱਤੇ, ਘੋੜਾ ਗਿਣ ਜੋ ਸੀ ਬਾਦਸ਼ਾਹ ਵਾਲਾ ਰੂਪ ਬਦਲੋ ਸੀ, ਅਤੇ ਉੱਤੇ ਰੱਖੋ ਸੀ ਖੁਰਜੀਨ ਦੇ ਇੱਕ ਸਾਈਡ 'ਤੇ ਹੀਰੇ ਬਾਲਿਓ ਸੀ, ਬਈ ਸਾਈਡ 'ਤੇ ਹੀਰੇ ਬਾਲਿਓ ਸੀ, ਉਹ ਘਰੇ ਦਾ ਵਧਾਇਆ ਕੋਈ ਇਹ ਜਿਹੜਾ ਮਕਾਰਾਂ ਦਾ ਘਰ ਦੱਸੇ। ਉਹਨਾਂ ਆਖ ਫਲਾਣੀ ਮਕਾਰਾਂ ਫਲਾਣੀ ਥਾਰ ਆਉਂਦੀ, ਉਹਦੇ ਕੋਲ ਪੁੱਛ ਗਿਆ ਦਰਵਾਜ਼ਾ ਖੜੋ, ਕੌਣ ਹੋ ਸਕੋ ਤੂੰ ਕੌਣ ਹੋ ਸਕਾ, ਮੈਂ ਮਕਾਰ ਹੋ ਸਕਾ, ਕਿਹੜੀ ਮਕਾਰਾਂ। ਉਸ ਅੱਗੇ ਨਵਾਂ ਕੱਪੜਾ ਕੋਈ ਮੈਂ ਕੋਈ ਗਹਿਣ ਤਾਂ ਦੇਵਨੇ, ਮੈਂ ਵਿੱਚੋਂ ਨਵਾਂ ਕੱਪੜਾ ਕੱਢ ਅਤੇ ਵਿੱਚ ਪੁਰਾਣੇ ਕੱਪੜੇ ਦੀ ਟਾਕੀ ਲਵਾਂ, ਕੱਪੜਾ ਸੀਤ ਦੇਵਾਂ, ਨਾ ਉਹ ਨਵੇਂ ਦਾ ਕੱਪੜੇ ਦਾ ਪਤਾ ਲੱਗੇ, ਨਾ ਪੁਰਾਣੇ ਕੱਪੜੇ ਦਾ ਪਤਾ ਲੱਗੇ, ਮੈਂ ਇਸ ਤਰ੍ਹਾਂ ਦੇ ਮਕਾਰ ਹਾਂ। ਉਸ ਅੱਗਾ ਤੇਰਾ ਸਾਰਾ ਇਸ਼ਕ ਅੱਲਾ ਮੈਂ ਵਹਿੰਦਾ ਪਿਆ, ਮੈਂ ਕੋਈ ਇਸ ਤਰ੍ਹਾਂ ਦੇ ਮਕਾਰਾਂ ਦੀ ਜ਼ਰੂਰਤ ਕਹਿ ਨਹੀਂ। ਬੇਲੀ ਟੁੱਟਦਾ ਵਹਿੰਦਾ ਵਾਲੇ ਹੋ ਕੇ ਰਹਿੰਦਾ ਵਾ, ਕੋਈ ਹੇ ਡੇਣਾ ਮੈਂ ਕੋਈ ਮਕਾਰਾਂ ਨਾਲ ਮਿਲਵਾਵੇ। ਇੱਕ ਬਈ ਬੰਦੇ ਦੱਸਿਆ, ਉਸ ਅੱਗਾ ਫਲਾਣੀ ਗਲੀ ਦੇ ਵਿੱਚ ਫਲਾਣੀ ਮਕਾਰਾਂ ਦੇ ਬੇਲੀ ਵਹਿੰਦਾ ਦਰਵਾਜ਼ਾ ਖੜਕਾਇਆ, ਉਸ ਅੱਗੇ ਕੌਣ ਹੋ ਸਕੋ ਤੂੰ ਕੌਣ ਹੋ ਸਕਾ, ਮੈਂ ਮਕਾਰ ਹੋ ਸਕਾ, ਕਿਹੜੀ ਮਕਾਰ ਹੋ ਸਕਾ, ਜ਼ਮੀਨ ਅਸਮਾਨ, ਜ਼ਮੀਨ ਤੋਂ ਟੋਟਾ ਕੱਟਾ ਅਸਮਾਨ ਤਾਂ ਲਾਵ, ਅਸਮਾਨ ਤੋਂ ਕੱਟਾ ਜ਼ਮੀਨ ਤਾਂ ਲਾਵ, ਲੋਕ ਗਵਾਲੀ ਪਤਨਾ ਚੱਲੋ ਸਕਾ, ਹਾਂ ਹੁਣ ਦੱਸ। ਉਸ ਅੱਗਾ ਮੈਂ ਕੋ ਪਾਣੀ ਪਿਲਾ, ਮੈਂ ਪਿਆਸ ਲੱਗੀ ਹੈ, ਉਹ ਪਾਣੀ ਪੀ ਲੈਂਦੀ ਗਈ, ਉਸ ਪਾਣੀ ਵਾਲਾ ਗਿਲਾਸ ਪਾਣੀ ਪੀਤਾ ਨਾ ਪੀਤਾ, ਉਸ ਗਿਲਾਸ ਹੀਰਾਂ ਦਾ ਬਾਤ ਮਕਾਰਾਂ ਨੂੰ ਦਿੱਤਾ, ਮਕਾਰਾਂ ਦੇ ਪੈਰਾਂ ਜ਼ਮੀਨ ਨਿਕਲ ਗਈ,
ਹੋ ਸਕੇ। ਤੂੰ ਤਾਂ ਮੇਰੇ ਪੁੱਤਰੇ ਪਿਆ ਤੱਕ ਤੂੰ ਭੁਲਾਂਦਰੇ ਪਾ ਗਿਆ ਛੋਟੀ ਜਿੰਦੀ ਉਮਰ 'ਚ, ਅਤੇ ਹੁਣ ਤੂੰ ਐਂ ਤੂੰ ਆਉਂਦੇ ਰਾਹ ਬਹਿ ਤੱਕ ਮੈਂ ਰੋਟੀ ਖਵਾਉਣੀ ਆ। ਉਹ ਨਿਵਾਲਾ ਰੋਟੀ ਤਾਂ ਭਰੇ ਬੁੱਕ ਭਰ ਅਤੇ ਹੀਰਾਂ ਦੇ ਉਹਦੇ ਅੱਗੂ ਸੱਟੇ। ਰੋਟੀ ਖਾਣ ਤੋਂ ਬਾਅਦ ਉਸ ਮਕਾਨਾਂ ਕੋਲ ਪੁੱਛੋ ਸਕਾਂ, ਅੰਮਾ ਇਹ ਦੱਸ ਇਹ ਮਕਾਨ ਜਿਹੜੇ ਸੱਤ ਮੰਜ਼ਲੇ ਇਮਾਰਤ, ਇਹਦੇ ਵਿੱਚ ਯਕਦਮ ਛੋਲਾਂ ਦੀ ਲਾਟਾਂ ਨਿਕਲਦੀਆਂ, ਖੈਰ ਇਹ ਕਿਸ਼ ਹੈ? ਉਹ ਸਕਾਂ ਇਸ ਸੱਤ ਮੰਜ਼ਲੀ ਇਮਾਰਤ ਦੇ ਵਿੱਚ ਇੱਕ ਬਾਦਸ਼ਾਹ ਜ਼ਾਦਿਰਾਂ ਦੀ ਹੈ, ਫੁੱਲਾਂ ਬਾਦਸ਼ਾਹ ਜ਼ਾਦਿਰ ਉਹਦਾ ਨਾਂ ਹੈ। ਤੱਲੇ ਜਿਹੜੇ ਹਨ ਵਜ਼ੀਰ ਪੈਰਾ ਦੇ ਨਿਖਣੇ, ਨੰਗੀਆਂ ਤਲਵਾਰਾਂ ਦਾ ਪੈਰਾ ਹੈ, ਕੋਈ ਪਰਿੰਦਾ ਹੀ ਪਾਰ ਨਹੀਂ ਮਾਰ ਸਕਦਾ। ਲੇਕਿਨ ਤੂੰ ਚੁੱਪ ਕਰ ਗਿਆ, ਤੈਕ ਮੈਂ ਗਾਲ ਕਦਾ ਨਹੀਂ ਦੱਸਣੀਆਂ, ਕਿਉਂਕਿ ਬਾਦਸ਼ਾਹ ਕੋ ਪਤਾ ਲੱਗ ਗਿਆ ਮੈਂ ਗਾਲ ਦੱਸੀ ਤਾਂ ਮੇਰੀ ਗਰਦਨ ਲਾ ਰਹੇ ਸੀ। ਉਹ ਸਕਾ ਵੰਨ ਵੰਨ ਮੈਂ ਤੇਰੇ ਕੋਲ ਗਾਲ ਪੁੱਛਦਾ ਨਹੀਂ ਹਾਂ, ਗਾਲ ਤਾਂ ਉਹ ਹੈ ਜਿਹੜੀ ਉਹ ਪੁੱਛੀ ਬੈਠਾ ਸੀ। ਬੇਲੀ ਵਾਪਸ ਗਿਆ ਸ਼ਾਮ ਕੋ 8 ਵਜੇ, ਹੁਣ ਬੇਲੀ ਸਾਰੇ ਜਵਾਰ ਇੰਤਜ਼ਾਰ ਹੈ ਜਾਈ, ਯਾਰ ਆਵੇ ਤਾਂ ਲੈ ਤਾਂ ਵੰਜੇ, ਕਿਉਂਕਿ ਯਾਰ ਤੋਂ ਬਗੈਰ ਤਾਂ ਬੇਲੀ ਵਿਹਲਾ ਆਈ। ਸ਼ਾਮ 8 ਹੈ, ਹੰਸ ਰਾਜ ਪੱਖੋਂ ਗਮ ਕਢਾਈਏ, ਬੇਲੀ ਆ ਗਿਆ ਸਕ ਦੱਸ। ਉਹ ਸਕ ਇਵੇਂ ਗਾਲ ਹੈ, ਉੱਥੇ ਲੈ ਚੱਲ ਮੈਂ ਚਾਹ ਤੇ। ਉਹ ਸਕਾ ਲੈ ਤਾਂ ਮੈਂ ਨਾ, ਲੇਕਿਨ ਸ਼ਰਤ ਮੇਰੀ ਹੈ ਕਿ ਤੂੰ ਤਾਂ ਵੈਸੇ ਅੰਦਰ ਵਾਂ, ਅਤੇ ਅਗਰ ਬਾਦਸ਼ਾਹਜ਼ਾਦੀ ਫੁੱਲਾਂ ਬਾਦਸ਼ਾਹਜ਼ਾਦੀ ਜਾਗਦੀ ਬੈਠੀ ਹੋ, ਪਹਿਲਾਂ ਕਿਸੇ ਮੇਰੀ ਸਵਾਰੀ ਦੇਖ, ਅਗਰ ਉਹ ਸਵਾਰੀ ਦੇਖ ਗਿਨੇ ਕੁਝ ਨਹੀਂ ਆ ਤਾਂ ਵੱਲ ਲੋਕ ਮੁਲਾਕਾਤ ਕਰੇ, ਅਗਰ ਉਹ ਸੁੱਤੀ ਪਈ ਤਾਂ ਵੱਲ ਆਪਣਾ ਪਟਕਾ ਉਥਾਈ ਰੱਖ ਦੇਵੇ, ਉਹਦਾ ਬੋਛਣ ਜਾ ਲਵੇਂ, ਔਰ ਆਪਣੀ ਜੁੱਤੀ ਉਥਾਈ ਰੱਖਣਵੇਂ, ਉਹਦੀ ਜੁੱਤੀ ਜਾ ਲਵੇਂ, ਤਾਂ ਵਾਪਸ ਸਾਹਮਣੇ ਉਹ ਜਗਾਉਣਾ ਤੈਅ ਗਏ ਨੇ। ਕੱਲ੍ਹ ਕੋ ਹੋ ਸਕਦਾ ਕਿ ਉਹ ਜਾਗਦੀ ਬੈਠੀ ਹੋਈ ਤਾਂ ਯਕਦਮ ਮੇਰੇ 'ਤੇ ਨਜ਼ਰ ਪਿਓ ਸੀ, ਤਾਂ ਉਹਦਾ ਹਾਂ ਫੱਟਾ ਮਰ ਗਿਆ, ਨਾ ਤੇਰੇ ਰਾਹ ਨਾ ਉਹਨਾਂ ਦੇ ਰਾਹ। ਉਹ ਸਕ ਮੇਰਾ ਵਾਅਦਾ ਸੀ ਗਿਆ, ਸ਼ਰਤ ਤੇਰੀ ਕਬੂਲ ਹੈ, ਉਸ ਕੋ ਚਾਹਤਾ ਤਾਂ ਉਤਲੇ ਮੰਜ਼ਿਲ ਤਾਂ ਮੈਂ ਤਾਂ ਛੋੜੀ ਤਾਂ। ਬੇਲੀ ਹੰਸ ਰਾਜ ਬਾਹਰੋਂ ਪਾਰੇ ਜਾਂਦਾ ਖੜੇ, ਲਾਲ ਬਾਦਸ਼ਾਹ ਖੁਰੇ 'ਤੇ ਪੇ ਰੱਖੇ, ਅੰਦਰ ਬੜੇ ਰਿਠੇ ਸੀ, ਫੁੱਲਾਂ ਬਾਦਸ਼ਾਹ ਦਾਦੀ ਸੁੱਤੀ ਪਈ ਹੈ, ਇਤਨਾ ਹੁਸਨ ਹੈ, ਇਤਨਾ ਹੁਸਨ ਹੈ, ਹੱਥ ਤੋਂ ਜ਼ਿਆਦਾ। ਉਸ ਕੋ ਬਾਦਸ਼ਾਹਜ਼ਾਦੀ ਕੋ ਆਖੇ ਕਿ ਉਸ ਬਾਦਸ਼ਾਹਜ਼ਾਦੀ ਕੋ ਨਜ਼ਰ ਮਾਰੀਏ, ਅਤੇ ਬਾਦਸ਼ਾਹਜ਼ਾਦੀ ਸੁੱਤੀ ਪਈ, ਉਸ ਯਾਰ ਦਾ ਆਖਾ ਮੰਨੇ ਸ਼ਰਤ ਨਿਭਾਈ ਸੀ, ਆਪਣਾ ਪਟਕਾ ਰੱਖਿਆ ਸੀ, ਉਹਦਾ ਬੋਛਣ ਚਾਹਤਾ ਸੀ, ਆਪਣੀ ਜੁੱਤੀ ਰੱਖੀ ਸੀ, ਉਹਦੀ ਜੁੱਤੀ ਚਾਹ ਲਈ ਸੀ ਚਾਹ, ਅਤੇ ਹੰਸ ਰਾਜ ਕੋ ਕਹਿੰਦੇ ਚੱਲ ਬੇਲੀ ਬੇਲੀ ਮਾਰਕਾ ਸੁੱਤੇ ਹੋ ਨਾ, ਆਪਾਂ ਚੱਲਦੇ ਹਾਂ। ਹੰਸ ਰਾਜ ਆਖਾ ਜਿਹੜੀ ਨਿਸ਼ਾਨੇ ਆਪਾਂ ਸੱਤੀ ਪੈ ਸੱਟੀ ਪੈਣੇ, ਅਗਰ ਉਹ ਇਹ ਗੈਰਤਮੰਦ ਤੇਰੇ ਦੇ ਉਹਦੇ ਦਿਲ ਦੇ ਵਿੱਚ ਕੋਈ ਸ਼ਾਇਦ ਅਗਲੀ ਰਾਤ ਸਮਝੀ ਕਹਿਣਾ, ਆਪਣਾ ਇੰਤਜ਼ਾਰ ਕਰੇ ਸੀ, ਆਪਾਂ ਚੱਲੂ। ਬੇਲੀ ਹੋਣਾ ਵਾਪਸ ਆ ਗਿਆ, ਸਾਰੀ ਰਾਤ ਬੇਲੀ ਗੱਪ ਛੱਪ ਲਾਈ, ਦੇ ਥੀ ਆ ਤਾਂ ਫੁੱਲਾਂ ਬਾਦਸ਼ਾਹ ਦਾਦੀ ਉੱਠੀ, ਉਸ ਮੂੰਹ ਧੋਤਾ, ਮੂੰਹ ਧੋਣ ਤੋਂ ਬਾਅਦ ਕੱਪੜਾ ਦੇ ਦਿਓ, ਸਕਾ ਕੱਪੜਾ ਕਹਿੰਦਾ, ਉਹ ਜੁੱਤੀ ਦੇ ਦਿਓ, ਉਹਦੀ ਜੁੱਤੀ ਕਹਿੰਦੇ, ਜੁੱਤੀ ਬਈਏ ਪਿਓ, ਸਕਾ ਕਿਹੜਾ ਮਾਈ ਦਾ ਲਾਲ ਐਸੇ ਤੱਲੇ ਵਜ਼ੀਰਾਂ ਦਾ ਪੈਰ ਹੈ, ਤਾਂ ਨੰਗੀਆਂ ਤਲਵਾਰਾਂ ਦਾ ਪੈਰ ਹੈ, ਪਰਿੰਦਾ ਪਰ ਨਹੀਂ ਮੈਂ ਰਹਿੰਦਾ, ਕੌਣ ਹੈ ਜਿਹੜਾ ਮੇਰੇ ਕਮਰੇ 'ਚ ਆਏ? ਉਹਦੇ ਦਿਲ ਦੇ ਵਿੱਚ ਵੀ ਹਸਰਤ ਆ ਗਈ, ਹੋ ਸਕਾ ਹੋ ਸੀ ਨਾ ਹੋਵੇ ਨਾ ਹੋਵੇ, ਜੋ ਮਰਜ਼ੀ ਸੀ ਗਿਆ, ਇਸ ਮਰਦ ਪੁੱਤਰ ਕੋ ਮੈਂ ਮਿਲ ਸਾਂ। ਚੱਲ ਉੱਡੂ, ਉਹ ਸਾਰੀ ਜਵਾਰ ਇੰਤਜ਼ਾਰੇ ਰਹਿ ਗਏ, ਉੱਡੂ ਬਾਦਸ਼ਾਹ ਸਲਾਮਤ, ਲਾਲ ਬਾਦਸ਼ਾਹ ਇੰਤਜ਼ਾਰੇ ਰਹਿ ਗਿਆ, ਹੁਣ ਯਾਰ ਆਵੇ ਤਾਂ ਲੈ ਤਾਂ ਮੈਨੇ, ਯਾਰ ਤੋਂ ਬਗੈਰ ਤਾਂ ਬੇਲੀ ਕੁੱਕੜੂ ਆਈ, ਵਿਹਲਾ ਆਈ। ਰਾਤ ਦੇ 8 ਵਜੇ ਬੇਲੀ ਆ ਗਿਆ, ਹੋ ਸਕਾ ਲੈ ਚੱਲ, ਹੋ ਸਕੇ ਚੱਲ ਲੈ ਤਾਂ ਪੁੱਜ ਗਿਆ। ਉਸ ਵਾਂ ਤੋਂ ਤਾਂ ਛੋੜਾ, ਹੰਸ ਰਾਜ ਬਾਹਰੋਂ ਪੈਰਾ ਦਿੰਦਾ ਖੜੇ, ਲਾਲ ਬਾਦਸ਼ਾਹ ਖੁਰੇ 'ਤੇ ਪੇਰ ਰੱਖਾ, ਬਾਦਸ਼ਾਹਜ਼ਾਦੀ ਤੜਪ 'ਤੇ ਬੈਡ 'ਤੇ ਉੱਠੀਏ, ਅਤੇ ਉਸ ਆਖਾ ਪਹਿਲਾਂ ਗਾਲ ਸੁਣ ਮੇਰੀ, ਫੁੱਲਾਂ ਬਾਦਸ਼ਾਹਜ਼ਾਦੀ ਮੇਰੀ ਗਾਲ ਸੁਣ, ਮੇਰੀ ਸਵਾਰੀ ਦੇਖ, ਅਗਰ ਮੇਰੀ ਸਵਾਰੀ ਤੱਕ ਪਸੰਦ ਆਉਂਦੀ ਹੈ ਤਾਂ ਉਹ ਨਾ ਹੋਵੇ ਤੇਰੇ ਦਿਲ ਤੋਂ ਦਿਲ ਫੱਟ ਵੰਜੇ, ਉਸ ਉਗੜਿਟੋ ਸਕ ਮੈਂ ਤੇਰੀ ਸਵਾਰੀ ਡੇਕਦੀ, ਐਨ ਤਾਂ ਮੈਂ ਸਪਰਿੰਦੇ ਤੋਂ ਕੈਨੇਡਾ ਸਾਂ, ਤੂੰ ਅੰਦੇ ਰਾਂ। ਉਹਨਾਂ ਸਾਰੀ ਰਾਤ ਗੱਪ ਛੱਪ ਲਾਈ, ਉਹਨਾਂ ਦੀ ਦੋਸਤੀ ਲੱਗ ਗਈ, ਸਵੇਰੇ ਦਾ ਟਾਈਮ ਸੀ, ਆ ਉਸ ਹੰਸ ਰਾਜ 'ਤੇ ਚੜ੍ਹਾ, ਹੰਸ ਰਾਜ ਵਾਪਸ ਬੇਲੀ ਕੋ ਮਕਾਨ 'ਤੇ ਛੋੜਾ, ਬੇਲੀ ਉੱਥੋਂ ਨਿਕਲਾ, ਹੰਸ ਰਾਜ ਵਾਪਸ ਬਾਲਣ ਚਲਾ ਗਿਆ। ਦਵਾਵਾਂ ਵਾਲੀ ਆਈ ਫੁੱਲਾਂ ਬਾਦਸ਼ਾਹ ਕੋ ਦਵੈਂਦੀ, ਅੱਗੇ ਦਵੈਂਦੀ ਕੋਈ ਇੱਕ ਫੁੱਲ ਨਾ, ਰੋਜ਼ ਜਵਾਨੋਂ ਕੋ ਪੈਣ ਡੂ ਫੁੱਲ, ਉਸ ਤੱਕ ਜਵਾਨ ਖੂਨ ਹੈ, ਖੂਨ ਵੱਧਦੇ ਰਹਿੰਦੇ, ਉਸ ਕੋ ਦੂਜਾ ਫੁੱਲ ਪਾ ਦਿੱਤਾ। ਵਕਤ ਗੁਜ਼ਰਦਾ ਰਿਹਾ, ਜਿਹੜੇ ਗਾਲ 7ਵੇਂ ਫੁੱਲ 'ਤੇ ਪੁੱਜੀ, ਜਿਹੜੇ ਦਵਾਵਾਂ ਵਾਲੀ ਦਾਈ ਆਈ, ਉਹ ਵਾਂ ਤਾਂ ਬਾਦਸ਼ਾਹ ਕੋ ਕਹਿੰਦੀਏ ਤੇਰੇ ਘਰ ਕੋ ਚੋਰ ਪੀਆ ਖੜੇ ਵੀ, ਆਪਦਾ ਚੋਰ ਪਕੜ। ਉਸ ਅੱਕ ਤੱਲੇ ਵਜ਼ੀਰਾਂ 100 ਵਜ਼ੀਰਾਂ ਦਾ ਪਾਰ ਹੈ, ਨੰਗੀਆਂ ਤਲਵਾਰਾਂ ਐਟ ਅ ਟਾਈਮ, ਕੋਈ ਪਰਿੰਦਾ ਉੱਤੇ ਪਾਰ ਨਹੀਂ ਮਾਰ ਸਕਦਾ, ਇਹ ਥੀ ਨਹੀਂ ਸਕਦਾ, ਲੇਕਿਨ ਚੋਰ ਪਕੜਨਾ ਜ਼ਰੂਰੀ ਹੈ। ਉਸ ਵਜ਼ੀਰਾਂ ਕੋ ਆਖਾ ਵੀ ਇਸ ਤਰ੍ਹਾਂ ਦਾ ਕੋਈ ਅਤਰ ਲਾਇਆ, ਉਹ ਜਿਹੜਾ 7-7 ਮੀਲ ਤੂੰ ਖੁਸ਼ਬੂ ਪਕੜੇ। ਬਾਦਸ਼ਾਹ ਦਾ ਅੱਗੂ ਕਹਿ ਦੇ ਰਹੇ ਵਜ਼ੀਰ ਉਹ ਪਕੜ 'ਤੇ ਲੈ ਅਤੇ ਆ ਗਏ, ਜਿਹੜੇ ਵਜ਼ੀਰ ਉਹ ਅਤਰ ਲੈ ਤੇ ਉਹਨਾਂ ਮੰਨਤੇ ਅਤੇ ਫੁੱਲਾਂ ਬਾਦਸ਼ਾਹ ਦੀ ਸਿਹਤ ਉੱਤੇ ਵੀੜ ਦਿੱਤਾ ਵੀ ਜਿਹੜਾ ਹੀ ਰਾਤ ਮਿਲ ਸੀ ਰਾਤ ਦਾ ਸਵੇਰੇ ਉਹਦੇ ਤੂੰ ਖੁਸ਼ਬੂ ਆ ਸੀ। ਅਤੇ ਬੇਲੀ ਆਰਾਮ ਹਰ ਕੋਈ ਪੈਰੇ 'ਤੇ ਚਲਾ ਗਿਆ। ਹੰਸ ਰਾਜ ਰਾਤ ਦੇ 8 ਵਜੇ ਆਇਆ, ਬੇਲੀ ਕੁਛ ਚਚੋ ਸੀ, ਗਮ ਕੱਢੋ ਸੀ, ਬਾਹਰੋਂ ਪਾਰੇ ਰਹਿੰਦਾ ਖੜੇ, ਉਸ ਖੁਰੇ 'ਤੇ ਪੇਰ ਰਹੀ ਅਤੇ ਅੰਦਰ ਵੜਾ ਜਿਹੜੇ ਅੰਦਰ ਵੜਾ ਬਾਦਸ਼ਾਹ ਜ਼ਾਦਿਆ ਦੀ ਵੀ ਲਾਲ ਬਾਦਸ਼ਾਹ ਆਏ ਰੁਕਵਨ, ਅੱਜ ਤੇਰੀ ਮੇਰੀ ਜ਼ਿੰਦਗੀ ਦਾ ਸਵਾਲ ਹੈ, ਅੱਜ ਤੂੰ ਥਾਈ ਖੜਾ ਰਹਿ, ਅੱਜ ਆਪਾਂ ਗੱਪਸ਼ਾਪ ਉੱਥੇ ਦੂਰ ਤੋਂ ਲੈਣਾ ਸਕਣ, ਨਾ ਬਾਦਸ਼ਾਹ ਲਾਲ ਬਾਦਸ਼ਾਹ ਨਾ ਨਾ ਫੁੱਲਾਂ ਬਾਦਸ਼ਾਹ ਜ਼ਾਦੀ, ਅਗਰ ਦਿਲ ਦਿੱਤਾ ਤਾਂ ਜਾਨ ਵੀ ਹਾਜ਼ਰ ਹੈ, ਅਗਰ ਇਹ ਮੌਤ ਆਈ ਖੜੀ ਤਾਂ ਲਾਜ਼ਮੀ ਕਬੂਲ ਹੈ।
उस आगा तक इस तरह दे तो बैठते की उन्हें रात गप शप लाई। रात गुजरी, सवेरे को हंसराज पक्की चाहता तो वापस मकान ते लाते आ गया। डेढ़ले मकान ते पहुँचे, हंसराज पक्की वापस चला गई। उस कपड़े ला तो धोबी गुरी तेन धोबी को कैसी मेरे कपड़े धो। तो बादशाह ऐलान करवा रही थे हूँ मेरे सवेर नाल बे मेरी बादशाही दे खाने हर कहते दावत खावनी है, 7 साल तो उत्ते कोई गारे न रवे। लाल बादशाह को पैगाम मिल गया। लाल बादशाह का ठीक है, उसको अखबार हमें तो पहले मैं सूट देवे, लेकिन जो धोबी आई वो बादशाह का पकवान आई। उस बादशाह को सरवा लिया तू आते खाने पकवा। उस रीटा कपड़े च सक मेरे कपड़े कह नहीं को चंगे होवे ना तो कुछ सूट चंगा लभा। उस रीटा लाल बादशाह का सूट सोने, उस वो सूट पाता तो बादशाह हवेली टोर पिया। हाली पुजदा वा आए फुलां खुशबू इतनी आई कि बादशाह वजीर पकड़ लिया। बादशाह अपना चोर पकड़ी गया, जो चोर पकड़ी गया बादशाह का दावत कैंसल, क्योंकि उन्हें तो पकड़ना आई चोर। उन्होंने को पकड़ गई तो उन्हें कहा हाँ भी तू सारा चोर है। उसे कहा तुम मैं कह दी कुकड़ नहीं चाहती मैं तो चोर किमें। उसे कहीं में उसे कहा बादशाह सलामत गाल ठीक है, ये जड़े कपड़े ये लालू लालू ना का बंदा मेरा हमसाए उन्हें में से धोते हैं धोवने 12 बजे चावड़ा से तू सा तू मौके तो पकड़ लवे। उस आखा भी अगर 12 बजे उस ना चावड़ा आया ना पकड़ी जाए तो सारा चोर तू है, जब तक तू अगला बंदा साकू नहीं पकड़ा ने। उस वजीरों को नाल भेज दिता सी, वजीरों को उन्हें घर बुला दिता सी। 12 बजे हूँ बेली इंतजार है चौवे 12 बजे दरवाज़ा खड़को सका कौन है सका लाल लालू। उस मेरे कपड़े चार है सका अंदर लंघा, अंदर लंघे वजीर पकड़ के वजीर पकड़ तो बादशाह ने पेश की तो बादशाह कहा हाँ भाई तू सारा चोर है। सका बिल्कुल बादशाह मैं तेरा चोर हाँ। उस सजा रस उस सजा तुरी अपनी जो मर्जी करो। उस तुरी सजा तेरी सजा आई है कि असं तेको 3 बजे फांसी लसो। उस मैं कबूल हूँ सारी जवार बेली खुशी गुजारी। वो ये पता कहना है कि रात 8 बजे तरह हंसराज पक्की रात 8 बजे मेरे को आंदे। वो ये मान रहे कि मैं को बचा लिया सी उकू जो 3 बजे याद है। उस बेली मेरे को 8 बजे आने बादशाह सलामत पेश की तो बादशाह सलामत आकर इनका सर कलम करो। सर कलम करने तो पहले वजीर पूछा तो आखिरी ख्वाहिश क्या है। उस मेरी आखिरी ख्वाहिश है कि ये जरा वा दरख्त खड़ा मैं दरख्त चढ़ते वतन की हवा लवना चाहना। उन्हें आके ये भला कोई गाल है लै उन्होंने जहन च ये भी तू कि भाई सी तू मेरे से तीर उत्ते लग सी तले आप हो सी अगर तू जम रहा वाली मार वैसे डुआ सुटते हैं जिस मरने बेली उत्ते चढ़ा। उस वहां तो जेब जो काटते थे खांबी ते पत्थर को रगड़ मरो सी हंसराज पक्की गांव कढ़ाई बेली को चाहता था गायब थी गया। चलो वजीर डिठा भाई इतनी वही बलां है जी को चाह गई उस कहीं बोटियां बोटियां उन्हें आकर चलो ई मरण का खातिर ई मर गया। हंसराज पक्की उत्थू चाहता था 7 मंजिली कोठी से फुलां बादशाह दादी को पुछा सी। फुलां बादशाह दादी को गया खुरे तो पेरे तो सी फुलां बादशाह दादी चौ तो सीने आ लगी। उस खैर उस मैं तेरे वतन को लाफ सखेना पियाँ मैं इतने मशकूक थी गया तो लिहाजा अपना अल्लाह हाफिज। उस जीडे तेरा रहा बादशाह लाल बादशाह उडे मेरा रहा उन्हें डुहा डूहे चढ़े हंसराज हंस पक्षी थे तो हंस पक्षी पक्षी उड़ान कढ़ाई जंगले चार है उन्हें आज आप इतने ने साही तो सवेरे अगर सफर करे सो हूँ फुलां बादशाह आजादी बैठिए लाल बादशाह उनकी झोली सेहरा से सुता पिए हंसराज पक्षी जड़ा है दरख्त बैठे कोई टाइम गुजरा है तो लाल बादशाह को नींद आइए फुलां बादशाह आजादी खेंदे वतन का कुत्ता ही प्यारा होंगे मैं अपने वतन जो कैसे कहना चाहते हैं मेरे एक हार है होए ना तो आप डूहे वो हार ना चाहूँ। उस ना अगर तू तलू सिर कटे से लाल बादशाह की अख खुल सी ओ ए मेरा जिगरी यार वो मेरा जिगरी यार है वो मेरा भिरा बना मैं भिरा दे नाल गिदारी नहीं कर सकना। उस ना तू है मेरा भिरा अगर मैं को भिरा बहन भिरा बड़ा है तो वाल चलते हार चावा। उस मैं को तू भिरा बनाए ये गल तो चल भिरा दे जान हाजिर है भिरा मैं को खून छुरी दे छुरी तल मेरी गर्दन बचाई सी मैं भिरा को बचाया अगर जिंदगी रही तो भिरा दे साथ रहा सा। उन्हें सेनू जी बादशाह आजादी है ना उस अपना बोछण लाया उन्हें सेनू बढ़ाया सी लाल बादशाह के सिर तले रखे सी ते हंसराज पक्की बादशाह आजादी को बुलाया अपने से उत्ते ते घाम कढ़ाया 7वीं मंजिल ते बेली आली वो पिछले फांसी आले पुजते वध्यान वो हाल ही में लगते वध्यान महल के नाल पहुँचे तो तार नाल तार मिली है तो हंसराज पक्की तुम्हें पार चाड़ गए। हंसराज पक्की रोवन लग गई उस फुलां बादशाह दी चीका मारन लग गई उस फुलां बादशाह दादी तू क्यों चीक दे तू तो गई है हूँ चीके तो वो चीके जेड़ा जंगल चला पी चीका तो मैं चो चीका जी 150 बाल घर च मेरे तो बगैर कला पी है या चीके तो मैं चीकं कि मेरा यार उत्ते कला रोल वैसे या चीके तो वो चुके जींद यार मैं मेरे बारे पता क्या सोचे सी। चलो
ਉਹਦੀ ਪਿੱਛੂ ਬੇਲੀ ਦੀ ਉਹ ਸਕ ਉਹ ਸਕ ਹੁਣ ਕੀ ਕਰੋ ਸਕ ਬਾਦਸ਼ਾਹ ਕੋ ਆਖ ਮੇਰੇ ਮਹਿਲ ਤੇ ਪਰਿੰਦਾ ਡੱਠੇ ਹੁੰਦੇ ਪਰ ਸੜੇ ਹੁਣ ਮੇਰੇ ਪਰ ਇਸ ਤਰ੍ਹਾਂ ਸਹੀ ਥੀ ਸਨ ਕਿ ਤੇ ਤਲਾਬ ਕਢਾਇਆ ਉਹਨੇ ਤਲਾਬ ਦੇ ਵਿੱਚ ਪਾਣੀ ਛੋੜਾ ਮੰਜੇ ਹੀਰੇ ਜਵਾ ਰਾਤ ਨਾਲ ਤਲਾਬ ਕੋ ਭਰਾ ਮੰਜੇ ਮਹਿਕੂ ਵਿੱਚ ਛੋੜਾ ਮੰਜੇ 6 ਮਹੀਨੇ ਬਾਅਦ ਮੇਰੇ ਪਰ ਥੀ ਆ ਸਨ ਬਸ ਬਾਦਸ਼ਾਹ ਕੋ ਪੈਗਾਮ ਭੇਜਿਆ ਬਾਦਸ਼ਾਹ ਦੇ ਅੱਗੂ ਕੇ ਦੇ ਰਹੀ ਉਸ ਤਲਾਬ ਖਟਾਇਆ ਹੀਰੇ ਜਵਾ ਰਾਤ ਪਾਣੀ ਵਿੱਚ ਛੋੜੀ ਤੋਨੇ ਹੰਸ ਰਾਜ ਪੱਕੀ ਕੋ ਵਿੱਚ ਛੋੜੀ ਤੋਨੇ ਇਹ ਇੱਥੋਂ ਦੀ ਕਹਾਣੀ ਬੇਲੀ ਦੀ ਅੱਖ ਖੁੱਲ੍ਹੀ ਉਸ ਲਈ ਟਪਿਸੇ ਨੂੰ ਸਿਰ ਤਲੇ ਉਸ ਅੱਖ ਹੋ ਸਕਦਾ ਹੈ ਔਰਤ ਦੀ ਮੱਕਾਰੀ ਹੈ ਮੇਰੇ ਯਾਰ ਕਿਵੇਂ ਲੈਤ ਮਾਰ ਗਈ ਨਿਕਲ ਗਈ ਮੇਰੇ ਯਾਰ ਕੋ ਉਸ ਭੜਕਾਇਆ ਉਹ ਸੀ ਮੇਰਾ ਯਾਰ ਗਿਦਾਰ ਕਢਾ ਨਹੀਂ ਸੀ ਸਕਦਾ ਚਲੋ ਬੇਲੀ ਉਹ ਸੋਚਿਆ ਪੀ ਇਹ ਸ਼ਾਮ ਦਾ ਟਾਈਮ ਹੈ ਅੰਧਾਰਾ ਥੀ ਹੈ ਦਰਖਤ ਦੇ ਇੱਕ ਸਾਈਡ ਤੋਂ ਇੱਕ ਪੱਖੋਂ ਦੀ ਆਵਾਜ਼ ਆਈ ਹੈ ਕੋਈ ਸੁਣਦਾ ਹੋਵੇ ਕੋਈ ਜਾਗਦਾ ਹੋਵੇ ਮੇਰੀ ਵਿੱਠ ਚਾਹ ਤੇ ਕੱਖ ਚਾਹ ਤੇ ਪਾਣੀ ਦੇ ਵਿੱਚ ਮਿਲਾ ਤੇ ਪੀਵੇ 80 ਸਾਲ ਦਾ ਬੁੱਢਾ ਤੇ 12 ਸਾਲ ਦਾ ਜਵਾਨ ਥੀ ਵੈ ਸੀ ਜਿਹੜਾ ਉਹ ਲਾਲ ਬਾਦਸ਼ਾਹ ਉਸ ਟੇਬਾ ਕੋ ਗਾਣ ਦਿੱਤੀ ਵੀ ਇਹ ਆਵਾਜ਼ ਇਸ ਸਾਈਡ ਤੋਂ ਆਈ ਹੈ ਦੂਜੀ ਸਾਈਡ ਤੋਂ ਆਵਾਜ਼ ਆਈ ਉਸ ਜਾਗਦਾ ਹੋਵੇ ਕੋਈ ਸੁੱਤਾ ਹੋਵੇ ਕੋਈ ਜਾਗਦਾ ਹੋਵੇ ਮੈਰੀ ਵੇਟ ਚਾਹ ਤੇ ਕੱਖ ਪਾ ਤੇ ਪਾਣੀ ਸਾਰ ਤੇ ਪੀਵੇ ਜਿਹੜਾ 80 ਸਾਲ ਦਾ 15 ਸਾਲ ਦਾ ਜਵਾਨ ਉਸ 80 ਸਾਲ ਦਾ ਬੁੱਢਾ ਬਣਵਾ ਸੀ ਉਸ ਉਡੂ ਸਾਈਡ ਤੋਂ ਟੇਬਾ ਕੋ ਗਾਣ ਦਿੱਤੀ ਸਵੇਰੇ ਤਾਈ ਵਾਂ ਸਾਈਡ ਤੋਂ ਉਡੂ ਵਾਲਾ ਕੱਖ ਵੇਟਦਾ ਚਾਹ ਤੇ ਟੇਬਾ ਕਿਤੇ ਬਾਦ ਗਿਦੇ ਸੀ ਉਡੂ ਵਾਲਾ ਚਾਹ ਤੇ ਬਾਦ ਗਿਦੇ ਸੀ ਤੇ ਬੈਠੇ ਤੇ ਇੱਕ ਪਾਣੀ ਦਾ ਬਈ ਪਾਣੀ ਦੇ ਵਿੱਚ ਇੱਕ ਕੱਖ ਸੱਟਿਆ ਸੀ ਬੁੱਢੇ ਪਿਆਲਾ ਬੁੱਢਾ ਥੀ ਗਿਆ 80 ਸਾਲ ਦਾ ਬੁੱਢਾ ਹੈ ਯਾ ਉਹ ਵਕਤ ਆਈ ਕਿ 15 ਸਾਲ ਦਾ ਜਵਾਨ ਆਈ ਬਫੁਲਾਂ ਬਾਦਸ਼ਾਹਜ਼ਾਦੀ ਨਾਲ ਸੇਜਾ ਮਿਣਦਾ ਆਈ ਹੰਸ ਰਾਜ ਪੱਖੀ ਦੀ ਸਵਾਰੀ ਕਰਦਾ ਆਈ ਵਕਤ ਆਏ ਉਹ ਬੁੱਢੜਾ 80 ਸਾਲ ਦਾ ਜ਼ਈਫ ਬਣ ਗਈ ਹੈ ਸ਼ਾਲਾ ਇਹ ਵਕਤ ਕਹੇ ਤਾਂ ਨਾ ਆਵੇ ਵਕਤ ਗੁਜ਼ਰਦਾ ਰਹੀ ਆ ਹੂੰ ਜਿਹੜੇ ਜੰਗਲ ਦੇ ਵਿੱਚ ਰਹਿੰਦਾ ਆਈ ਹੂੰ ਜੰਗਲ ਦੇ ਵਿੱਚ ਇੱਕ ਬਾਦਸ਼ਾਹ ਦੇ ਪੁੱਤ ਦੀ ਬਰਾਤ ਲੰਘੀਏ ਉਹ ਬਾਦਸ਼ਾਹ ਦੇ ਪੁੱਤ ਜਿਹੜੀ ਬਰਾਤ ਆਈ ਉਹ ਹੂੰ ਫੁੱਲਾਂ ਬਾਦਸ਼ਾਹਜ਼ਾਦੀ ਦੇ ਘਰ ਵਹਿੰਦੀ ਪਈ ਆਈ ਬਾਦਸ਼ਾਹ ਜਿਹੜਾ ਉਹ ਸ਼ਹਿਜ਼ਾਦਾ ਆਈ ਉਸ ਰਾਤ ਉਹਦੇ ਲਸ਼ਕਰ ਦੇ ਵਿੱਚ ਉਹ ਫਕੀਰ ਬਣ ਤੇ ਰਲ ਗਈ ਹੈ ਵਹਿੰਦੇ ਵਹਿੰਦੇ ਕੋ ਇਹ ਪਤਾ ਚੱਲਿਆ ਬਈ ਧੂਮ ਬਾਦਸ਼ਾਹ ਦੀ ਲੜਕੀ ਹੈ ਧਾਮ ਬਾਦਸ਼ਾਹ ਦਾ ਲੜਕਾ ਹੈ ਦੋਹਾਂ ਦੀ ਸ਼ਾਦੀ ਹੈ ਫੁੱਲਾਂ ਬਾਦਸ਼ਾਹਜ਼ਾਦੀ ਉਹਦਾ ਨਾਂ ਹੈ ਅਸਾਂ ਦੀ ਡੋਲੀ ਲਾਉਣ ਵੈਨੇ ਪਏ ਉਸ ਅੱਗੇ ਹੇ ਤੂੰ ਬੇਲੀ ਦੇ ਹੂੰ ਮੇਰੇ ਯਾਰ ਦੀ ਬਰਾਤ ਬੇਲੀ ਤੁਰ ਪਈ ਹੈ ਉਹਨਾਂ ਦਾ ਰਾਤ ਜੰਗਲ ਦੇ ਵਿੱਚ ਉਹਨਾਂ ਕੋਲ ਰਾਤ ਥਈ ਹੈ ਰਾਤ ਦਾ ਸੁੱਤੇ ਪੈਣ ਸੰਭਣ ਲੱਗੇ ਸ਼ਾਮ ਕੋ ਬਾਦਸ਼ਾਹ ਦਾ ਕੋਈ ਹੇ ਜਿਹੜਾ ਖਾਣੇ ਤੋਂ ਬਚ ਕੇ ਸਕੇ ਸੀ ਉਹ ਬੁੱਢੜਾ ਬੈਠਾ ਇੱਕ ਫਕੀਰ ਉਹ ਕੋ ਕਹਿੰਦੇ ਤੋ ਅਸਾਂ ਕਹਾਂ ਤੂੰ ਕੋ ਸਾਧਾ ਵੋ ਉਹ ਕੋ ਖਾਣਾ ਲਾਜ਼ਮੀ ਖਵਾਉਣਾ ਅਸਾਂ ਕਹ ਬਾਦਸ਼ਾਹ ਸਲਾਮਤ ਉਹਨਾਂ ਤਾਂ ਮੈਂ ਖਾਣਾ ਨਹੀਂ ਖਾਣਾ ਮੈਂ ਖਾਣਾ ਦੇਣਾ ਤੇ ਥਾਈ ਦੇ ਦਿਉ ਰਾਤੀ ਗੁਜ਼ਾਰ ਲੈ ਸਾਂ ਵਰਨਾ ਇਹ ਨਾ ਹੋਵੇ ਮੈਂ ਤੁਹਾਡੇ ਕੋਲ ਖਾਣਾ ਖਾਵਾਂ ਤੁਹਾਡੀ ਕੋਈ ਚੀਜ਼ ਦਾ ਨੁਕਸਾਨ ਥੀ ਵੀ ਤੁਸਾਂ ਕੋ ਕੱਲ੍ਹ ਕੋਈ ਹੀ ਨੁਕਸਾਨ ਕੀਤਾ ਚਲੋ ਖਾਣਾ ਉਗੜੀ ਦੋ ਨੇ ਖਾਣਾ ਖਾ ਕੇ ਦੋ ਨੇ ਰਾਤ ਦੇ ਪਹਿਰੇ ਲੱਗ ਗਿਆ ਵਕਤ ਆਉਂਦਾ ਗਿਆ ਪਿਛਲੇ ਪਹਿਰ ਦਾ ਟਾਈਮ ਆਇਆ ਸਵੇਰੇ ਜਾਂ ਹਰ ਕਹਿ ਪਹਿਰਾ ਦਿੱਤੇ ਵੀ ਮਤਾਂ ਕੋਈ ਚੋਰ ਨਾ ਪਾਇਆ ਮੈਨੂੰ ਡਕੇੜ ਨਾ ਪਾਇਆ ਮੈਨੂੰ ਬਰਾਤ ਕੋ ਲੁੱਟ ਨਾ ਲਵੇ ਆਖਰੀ ਟਾਈਮ ਜਿਹੜੇ ਗਰੁੱਪ ਦੇ ਉਹਨਾਂ ਆਖ ਹੁਣ ਤਾਂ ਕੋਈ ਆਉਂਦਾ ਨਹੀਂ ਅਜ਼ਾਨਾ ਥੀ ਬਣਾ ਲਈਏ ਅਸਾਂ ਜ਼ਰੀ ਅੱਖ ਲਾ ਲੈਣੇ ਸਵੇਰੇ ਸਫ਼ਰ ਤੋਂ ਨਿਕਲ ਪਏ ਸੂੰ ਸਵੇਰੇ ਦੀ ਜਿਹੜੀ ਨੀਂਦ ਆਉਂਦੀ ਇਹ ਬੜੀ ਪਿਆਰੀ ਹੁੰਦੀ ਠੱਡੀ ਮਿੱਠੀ ਹਵਾ ਗੁੱਲੀ ਆਉਂਦੀ ਹੈ ਜੰਨਤ ਦਾ ਮਜ਼ਾ ਰਹਿੰਦੀ ਹੈ ਉਹ ਜੋ ਸੁੱਤੇ ਉਹਨਾਂ ਕੋ ਨੀਂਦ ਆਈ ਉਸ ਕੱਖ ਚਾਹ ਤੇ ਜਿਤਨਾ ਵੀ ਪਾਣੀ ਦਿੰਦਾ ਇਸਤੇਮਾਲ ਦਾ ਇਹ ਬੁੱਢੇ ਪਿਆਲਾ ਕੱਖ ਚਾਹ ਤੋਂ ਪਾ ਲਿਤੋ ਸੀ ਹੁਣ ਸਵੇਰ ਨਾਲ ਜੋ ਮਰਜ਼ੀ ਮਿਰਾਸੀ ਦਾ ਪੁੱਤਰੀ ਹੋਵੇ ਤਾਂ ਮੂੰਹ ਲਾਜ਼ਮੀ ਧੋਂਦਾ ਬਰਾਤ ਉੱਠੀ ਉਹ ਮੂੰਹ ਧੋਂਦੀ ਗਈ ਤਾਂ ਬੁੱਢੇ ਥੀਂਦੇ ਗਏ ਪੂਰੀ ਬਰਾਤ ਜਿਹੜੀ ਜਵਾਨਾਂ ਦੀ ਆਈ ਸਾਰੇ 80 ਸਾਲ ਦੇ ਬੁੱਢੇ ਥੀ ਗਏ ਹੁਣ ਸਾਰੇ ਇੱਕ ਬੈਦ ਮੂੰਹ ਦੇ ਦੇਖਣ ਬਾਦਸ਼ਾਹ ਕੋਲ ਬਰਾਤ ਪਹੁੰਚੀ ਜਿਹੜੇ ਟਾਈਮ ਤਾਂ ਨਾ ਪਹੁੰਚੇ ਉਸ ਵਜ਼ੀਰਾਂ ਕੋ ਭੇਜਾ ਸਕੋ ਵੰਜੋ ਪਤਾ ਕਰੋ ਮੇਰੀ ਬਰਾਤ ਆਉਂਦੀ ਪਈ ਕਿਨ ਗਈ ਉਹ ਆਤਲੇ ਦਿਨ ਜੰਗਲ ਦੇ ਵਿੱਚ ਇੱਕ ਬਰਾਤ ਹੈ 100-100 ਸਾਲ ਦੇ ਜ਼ਈਫ ਹਨ ਸਾਰੇ ਉਸ ਪੁੱਛਿਆ ਕਹਿੰਦੀ ਬਾਤ ਚ ਬਰਾਤ ਹੋ ਸਕੋ ਧੂਮ ਬਾਦਸ਼ਾਹ ਦੀ ਲੜਕੀ ਹੈ ਦਾਮ ਬਾਦਸ਼ਾਹ ਦਾ ਲੜਕਾ ਹੈ ਉਹਨਾਂ ਦੇ ਅਸਾਂ ਬਰਾਤ ਲਈ ਵੇਨੇ ਹੋ ਸਕੋ ਤੇਰਾ ਦੁੱਲਾ ਕਿਹੜਾ ਉਹਨਾਂ ਇੱਕ ਪੇਸ਼ ਕੀਤਾ ਹੁਣ ਦੁੱਲਾ ਜਵਾਨ ਕੋ ਹੋਵੇ ਤਾਂ ਪੇਸ਼ ਕਰੇ ਉਹਨਾਂ 80 ਸਾਲ ਦਾ ਪੇਸ਼ ਕੀਤਾ ਬਾਦਸ਼ਾਹ ਕੋ ਮੈਂ ਪਾਗਲ ਕਹਿ ਨਹੀਂ ਮੈਂ ਆਪਣੀ ਬੇਟੀ 80 ਸਾਲ ਦਾ ਬੁੱਢਾ ਲੜੇ ਵਾਂ ਤੁਸਾਂ ਆਪਣੇ ਘਰ ਵੰਜੋ ਮੈਂ ਆਪਣੇ ਘਰ ਵਹਿਣਾ ਉਹ ਰੋਂਦੇ ਖਾਂਦੇ ਆਪਣੇ ਘਰ ਗਏ ਜਿਹੜੇ ਲੋਕ ਵਾਪਸ ਮੁੜੇ ਤਾਂ ਜਿਹੜਾ ਲਾਲ ਬਾਦਸ਼ਾਹ ਜਿਹੜਾ ਵੇਸ ਬਦਲੇ ਵਧਾ ਉਸ ਅੱਗੇ ਇਹ ਵੈਸੇ ਨੂੰ ਬਾਦਸ਼ਾਹੀ ਮੈਂ ਜਗ੍ਹਾ ਰਿਠੀ ਗਿਆ ਨਹੀਂ ਉਸ ਨੂੰ ਗੋਹਣਾ ਦੇ ਪਿੱਛਾ ਕੀਤਾ ਊਂ ਬਾ ਨਗਰੀ ਦੇ ਵਿੱਚ ਆ ਗਿਆ ਜਿੱਥੇ ਫੁੱਲਾਂ ਬਾਦਸ਼ਾਹਜ਼ਾਦੀ ਰਹਿੰਦੀ ਹੈ ਅਤੇ ਯਾਰ ਉਹਨਾਂ ਰਹਿੰਦੇ ਹਨ ਉਸ ਨਗਰੀ ਪਹੁੰਚ ਤੇ ਉਹ ਸ਼ੀਸ਼ਾਂ ਇਕੱਠੀਆਂ ਕੀਤੀਆਂ ਕਹਿ 'ਚ ਪਾਣੀ ਕਹਿ 'ਚ ਕੱਗ ਸੁਆਹ ਕਹਿ 'ਚ ਕੁਝ ਕਹਿ 'ਚ ਕੁਝ ਪਾ ਤੇ ਇੱਕ ਦੁਕਾਨ ਹਕੀਮ ਬਣਾ ਬੰਦ ਬਹਿ ਗਿਆ ਉਹਦੇ ਵਿੱਚ ਇੱਕ ਮਾਰਾਂ ਦਾ ਪੁੱਤ ਪਿਓ ਬਿਮਾਰ ਥੀ ਹੋਇਆ ਕਾਫੀ ਹਕੀਮਾਂ ਕੋਲ ਇਲਾਜ ਕੀਤਾ ਉਹਨੇ ਆਰਾਮ ਨਾ ਆਇਆ ਉਹਨਾਂ ਕਿ ਹਕੀਮ ਹੈ ਇਹ ਕੋ ਚੈੱਕ ਕਰਾਊਂ ਉਗਲੀ ਤੋਂ ਉਹਨੇ ਸਕ ਬਾਦਸ਼ਾਹ ਉਸ ਆਖਾ ਕੋ ਵੱਧ ਪਿਓ ਕੋ ਅੰਦਰ ਸੱਟ ਤੇ ਵੰਜੋ ਸਕੇ ਇਹ ਕਿਉਂ ਜਬ ਹਕੀਮ ਹੈ ਜੇ ਸਾਡੇ ਪਿਓ ਦੇ ਨਾਂ ਦੇ ਕੋ ਸੱਟ ਤੇ ਵੰਜੋ ਚਲੋ ਉਹ ਸੱਟ ਗਿਆ ਲੱਗੀ ਉਸ ਵਾਂ ਤੇ ਇੱਕ ਅੱਖ ਜਵਾਨੀ ਵਾਲਾ ਡੀ ਤਾਂ ਪਾਣੀ ਪੀ ਲਓ ਸੀ ਉਹ ਜਿਹੜਾ 80 ਸਾਲ ਦਾ ਬੁੜੜਾ 20 ਸਾਲ ਦਾ ਜਵਾਨ ਸੀ ਤਾਂ ਬਾਹਰ ਆਇਆ ਇਲਾਕੇ ਦੇ ਵਿੱਚ ਮਸ਼ਹੂਰ ਥੀ ਗਿਆ ਵੀ ਇੱਕ ਐਸਾ ਹਕੀਮ ਹੈ ਜਿਹੜਾ 80 ਸਾਲ ਦਾ ਬੁੜੜੇ ਕੋ 20 ਸਾਲ ਦਾ ਜਵਾਨ ਕਾਹ ਤੇ ਕਿਹੜੇ ਨਾ ਬੈਠੇ
ਕੁਦਰਤ ਇਹ ਥੀ ਆ ਕਿ ਯਾਰ ਦੀ ਜੁਦਾਈ ਦੇ ਵਿੱਚ ਫੁੱਲਾਂ ਬਾਦਸ਼ਾਹ ਦੀ ਬਿਮਾਰ ਥੀ ਗਈ। ਹੁਣ ਯਾਰ ਹੋਵੇ ਤਾਂ ਉਹਦੀ ਤਬੀਅਤ ਸਹੀ ਥੀ ਵੇ। ਚਲੋ ਬਾਦਸ਼ਾਹ ਉਸ ਹਕੀਮ ਦੇ ਪੈਗਾਮ ਭਿਜਵਾਇਆ ਵੀ ਆ ਤਾਂ ਮੇਰੀ ਬੇਟੀ ਉਹ ਚੈੱਕਅਪ ਕਰ, ਉਹਦੀ ਤਬੀਅਤ ਖਰਾਬ ਹੈ। ਉਸ ਆਖਿਆ ਠੀਕ ਹੈ, ਉਸ ਕੱਖ ਚਾਹ 'ਤੇ ਤੁਰ ਪਿਆ। ਜਿਹੜੇ ਵੇਲੇ ਬਾਦਸ਼ਾਹ ਦੇ ਵਜ਼ੀਰਾਂ ਕੋਲ ਨਿਕਲਿਆ ਅਤੇ ਉਸ ਕੋਠੀ 'ਤੇ ਪਹੁੰਚਿਆ, ਸਕ ਬਾਦਸ਼ਾਹ ਆਪਦੇ ਵਜ਼ੀਰਾਂ ਕੋਲ ਰੋਕ ਲਿਆ, ਉੱਤੇ ਮੈਂ ਇਕੱਲਾ ਵੈਸਾਂ। ਉਸ ਆਖਿਆ ਵੰਨ, ਉੱਤੇ ਵੰਨਣ ਲੱਗਾ। ਉਸ ਜਵਾਨੇ ਵਾਲਾ ਕੱਖ ਪੀਤਾ, ਬੇਲੀ ਜਵਾਨ ਥੀ ਗਿਆ, ਆਪਣੇ ਅਸਲ ਰੂਪ 'ਚ ਆ ਗਿਆ। ਉਸ ਖੁਰੇ 'ਤੇ ਲੱਤ, ਖੁਰੇ 'ਤੇ ਪੇਰ ਲਈ, ਅਤੇ ਬਾਦਸ਼ਾਹਜ਼ਾਦੀ ਚੌਹ 'ਤੇ ਸੀਨਿਆਂ ਲੱਗੀਏ। ਉਸ ਬਾਦਸ਼ਾਹਜ਼ਾਦੀ ਕੁਰੀ ਕਰੀ ਅਤੇ ਉਹਦੀ ਸਿਹਤ ਦਿਕਰੀ 'ਤੇ ਸੀ। ਉਸ ਆਖਿਆ ਪਹਿਲੇ ਮੇਰੇ ਯਾਰ ਦਾ ਰਸ ਮੇਰੇ ਯਾਰ ਕੋ ਕਿੱਥੇ ਮਾਰੇ, ਵੱਲ ਮੈਂ ਤੰਨਾ ਗਾਲ ਕੇ ਸੁਣ ਸਕਾ ਉਰੇ ਰੇਖ। ਇਵੇਂ ਇਵੇਂ ਗਾਲ ਤਾਂ ਇਹ ਸਾਕੂ ਹਾਰ ਦੀ ਜ਼ਰੂਰਤ ਆਈ, ਮੈਂ ਹਾਰ ਚਾਵਣ ਆਈ ਹਾਂ, ਮੈਂ ਤਾਰ ਨਾਲ ਤਾਰ ਲੜੀਏ, ਹੰਸ ਰਾਜ ਦੇ ਨੂੰ ਪਰ ਸੜ ਗਏ। ਔਰ ਇੱਕ ਉਹ ਤਲਾਦ ਵਿੱਚ ਦਾਂ ਦਾ ਬੈਠਾ ਸੀ। ਉਸ ਆਖਿਆ ਅੱਛਾ, ਉਹਦੇ ਨਾਲ ਬੈਠਾ, ਉਹਦੇ ਨਾਲ ਗੱਪ ਸ਼ੱਪ ਲਾਈ ਸੀ, ਉਹਦੀ ਤਬੀਅਤ ਸੈਟ ਥੀ ਗਈ। ਜਿਹੜੇ ਉਹਦੀ ਤਬੀਅਤ ਸੈਟ ਤਾਈਏ, ਉਸ ਉਹ ਕੱਖ ਪੀਤਾ ਅਤੇ ਬੁੱਢੇ ਕਮਜ਼ੋਰੀ ਜ਼ਈਫੀ, 80 ਸਾਲ ਦਾ ਬੁੱਢਾ ਬਣਿਆ ਨਿਕਲਿਆ। ਬਾਦਸ਼ਾਹ ਕੋ ਤਰੀ ਦੇਰ ਠੀਕ ਥੀ ਗਈ ਹੈ। ਬਾਦਸ਼ਾਹ ਕਾ ਪੈਸੇ ਲੈ ਸੋ ਸਕਾ ਕਰਾਂ ਆਪਾਂ ਪੈਸੇ ਕਹਿਣ ਕਿਤੇ, ਮੈਂ ਅੱਲਾ ਦੇ ਨਾਂ 'ਤੇ ਇਲਾਜ ਕਰੇ ਨਾ। ਚਲੋ ਟੁਰ ਪਿਆ ਉਸ ਬਾਅਦ ਜਿੱਥੇ ਕਿ ਹੰਸ ਰਾਜ ਦਾਂਦਾ ਖੜਾ, ਉਹਦੇ ਅੰਦਰ ਕੀ ਆ ਕੱਖ ਪੀਤਾ, ਉਸ ਜਵਾਨ ਥੀ ਗਿਆ। ਹੰਸ ਰਾਜ ਡੇਟਾ ਹੋ ਸਕੋ ਹੋਵੇ ਨਾ ਤਾਂ ਯਾਰ ਉਹਨਾਂ ਦੇ ਭੈਣ, ਉਸ ਯਾਰ ਦੇ ਮਿਲਣ ਦੀ ਖੁਸ਼ੀ ਦੇ ਵਿੱਚ ਉਸ ਜੋ ਪਰ ਮਾਰਨ ਦੇ ਸਾਰੇ ਕਲੀਆਂ ਨਿਕਲੀਆਂ ਆਈਆਂ। ਉਹ ਆ ਤਾਂ ਸੀਨੇ ਲੱਗਿਆ, ਗੱਪ ਸ਼ੱਪ ਲੱਗੀਏ, ਝੱਟ ਬੈਠੇ ਨੇ। ਉਹਦੇ ਤੋਂ ਬਾਅਦ ਉਸ ਕੋਲ ਹੰਸ ਰਾਜ ਪੱਕੀ ਕੋ ਚਾਹਤਾ ਹੈ, ਫੁੱਲਾਂ ਬਾਦਸ਼ਾਹੀ ਕੋਲ ਲੈ ਗਏ। ਫੁੱਲਾਂ ਬਾਦਸ਼ਾਹੀ ਕੋਲ ਗਏ, ਉਹ ਕਹਿ ਫੁੱਲਾਂ ਬਾਦਸ਼ਾਹੀ ਤੇਰਾ ਸਾਰਾ ਇਸ਼ਕਲਾ ਮੇਰਾ ਯਾਰ ਠੀਕ ਹੈ ਸਵੈਨੇ ਪੈ। ਉਸ ਕਹਿ ਜਿੱਡੇ ਤੇਰਾ ਰਾਹ ਉਡੇ ਮੈਰਾ ਰਾਹ। ਉਸ ਕਹਾ ਅਗਰ ਇਹ ਗੱਲ ਕਰਨੀ ਹੈ ਤਾਂ ਹਰ ਚੀਜ਼ ਹੁਣ ਚਾਲ ਹੈ, ਵਾ ਰਸਤੇ ਵਾਂ ਤਾਂ ਵਾਲ ਸਾਕੂ ਜ਼ਲੀਲ ਨਾ ਕਰੇ। ਉਹ ਜਿਹੜਾ ਕੋਈ ਚਾਵੜਾ ਹੀ ਚਾਹ ਕਿਦੋ ਸੀ ਕੋਈ ਚਾਹ ਤਾਂ ਟੁਰ ਪਏ, ਉੱਡਦੇ ਵਹਿਣ ਵਹਿੰਦੇ ਪੈਣ। ਰਸਤੇ 'ਚ ਇੱਕ ਬਾਅਦ ਦਰਿਆ ਦੇ ਬੇੜ 'ਤੇ ਵੰਨ ਪਹੁੰਚਣ, ਜਿੱਥੇ ਬਹਿ ਤੋਂ ਮੇਰਾ ਸੀ ਮੱਛੀਆਂ ਪਕੜਿਆਂਦਾ। ਉਸ ਫੁੱਲਾਂ ਬਾਦਸ਼ਾਹ ਦੀ ਲਾਲ ਬਾਦਸ਼ਾਹ ਦਾ ਕੋ ਲਾਲ ਬਾਦਸ਼ਾਹ ਕੋ ਆਖਿਆ ਤੂੰ ਸੰਭਵ ਇੱਥੇ ਮੇਰੀ ਜ਼ਿੰਦਗੀ ਸਲਾਮਤ, ਮੈਂ ਵੈਨਾ ਬਾਲਾਂ ਕੋ ਮਿਲਦਾ, ਬਾਲਾਂ ਕੋ ਮਿਲਦਾ, ਮੈਂ ਸਵੇਰੇ 8 ਵਜੇ ਤੁਹਾਡੇ ਕੋਲ, ਸ਼ਾਮ ਕੋ 8 ਵਜੇ ਤੁਹਾਡੇ ਕੋਲ ਆਵੇ ਸਾਂ। ਔਰ ਅਬੇਲੀ ਸਾਂਭ ਗਿਆ, ਸਾਰੀ ਜਮਾਰ ਸੁੱਤੇ, ਰਾਤ ਅਬੇਲੀ ਉਡੇਗੀ ਲਗਾ, ਦੇਹ ਅਬੇਲੀ ਉਣਗੀ, ਸ਼ਾਮ ਕੋ ਰੇਲੇ ਪਹੁੰਚੇ। ਦਰਿਆ ਕੋ ਜੋਸ਼ ਹੈ, ਫੁੱਲਾਂ ਬਾਦਸ਼ਾਹ ਦੀ ਲਾਲ ਬਾਦਸ਼ਾਹ ਦਰਿਆ ਦੇ ਵਿੱਚ ਲੁੜ ਗਏ। ਬੇਲੀ ਸਵੇਰੇ ਆਇਆ ਡਿੱਠੇ ਸੀ, ਕੋਈ ਕਹਿ ਨਹੀਂ, ਬੇਲੀ ਰੋਂਦਾ ਕੀ ਹੋ ਸਕਾ, ਮੈਂ ਕੋ ਲਾਲ ਬਾਦਸ਼ਾਹ ਛੁਰੀ ਕੋਲ ਬਚਾਇਆ, ਮੈਂ ਕੋ ਫਾਂਸੀ ਤੋਂ ਬਚਾਇਆ। ਜ਼ਿੰਦਗੀ ਸਲਾਮਤ ਰਹੀ ਤਾਂ ਜੋੜੀ ਕੋ ਲਾਜ਼ਮੀ ਮਿਲਿਆ ਸਾਂ, ਯਾਰਾਂ ਕੋ ਜ਼ਰੂਰ ਲੱਭਸਾਂ। ਬੇਲੀ ਲੱਭਣ ਪੈ ਗਈ ਬਾਦਸ਼ਾਹ, ਫੁੱਲਾਂ ਬਾਦਸ਼ਾਹ ਜ਼ਾਦੀ ਅਤੇ ਲਾਲ ਬਾਦਸ਼ਾਹ ਦੇ ਤੋਣੀ ਇੱਕ ਬੈਗ ਕੋ ਪਕੜੀ ਗਏ, ਇਕੱਠੇ ਗਏ। ਜਿਹੜੇ ਲਿਖ ਬੈਗ ਛੁੜੇ ਰਹਿ ਗਏ, ਇੱਕ ਇੱਕ ਵਾਲੇ, ਦੂਜਾ ਬਹਿ ਵਾਲੇ। ਸਵੇਰੇ ਸਵੇਰੇ ਧੋਬੀਆਂ ਦਾ ਕੰਮ ਕਰਨ ਦਾ ਟਾਈਮ ਆਉਂਦਾ, ਇੱਕ ਧੋਬੀ ਰੇਲ ਸਵੇਰੇ ਗਈ, ਉਸ ਰਿਟੇ ਲਾਲ ਬਾਦਸ਼ਾਹ ਆਉਂਦਾ ਪਿਓ, ਉਸ ਕੋ ਪਕੜ ਕੇ ਦੇ। ਉਸ ਕਹਾ ਮਹਿਰਾ ਅੱਲਾ ਸਿੰਘ, ਮੈਂ ਕੋ ਪੇਟ 'ਚੋਂ ਜ਼ਾਲ ਦੇ ਪੇਟ 'ਚੋਂ ਬਾਲ ਨਹੀਂ ਦਿੱਤਾ, ਦਰਿਆ ਦੇ ਪੇਟ 'ਚੋਂ ਬਾਲ ਦਿੱਤਾ ਸੀ, ਉਸ ਕੋ ਪਾਲਾ ਲਾਲ ਬਾਦਸ਼ਾਹ ਉਹਨ ਖੇਡਦਾ ਵਧੇ। ਇੱਕ ਬਹਿ ਬਣੇ ਗਈ ਹੈ, ਉੱਥੇ ਆ ਜਿਹੜੀ ਹੈ ਜਿਹੜਾ ਬੱਕਰੀਆਂ 'ਚ ਲੈਂਦੇ, ਉਸ ਫੁੱਲਾਂ ਬਾਦਸ਼ਾਹ ਜ਼ਾਦੇ ਕੋ ਡਿੱਠੇ, ਉਸ ਕੋ ਪਕੜ ਕੇ ਦੇ। ਵਕਤ ਗੁਜ਼ਰਦਾ ਰਿਹਾ, ਦੂਵੇਂ ਉਹ ਇੱਕ ਉਹਨ ਪਲਦਾ ਰਿਹਾ, ਇੱਕ ਉਹਨ ਪਲਦਾ ਰਿਹਾ। ਹੰਸ ਰਾਜ ਪੱਕੀ ਡੂਹਾਂ ਕੋ ਲੱਭਦਾ ਵਧੇ ਕਿ ਫੁੱਲਾਂ ਬਾਦਸ਼ਾਹ ਜ਼ਾਦੀ ਡੇਢ ਨਾਲ ਆਈ, ਉਹਦੀ ਧੀ ਜੰਮੀ, ਉਹ ਜਿਹੜਾ ਆਈ ਨਾ ਆ ਜਿਹੜੀ ਬੱਕਰੀਆਂ ਚਲਾਉਣ, ਉਹ ਬਾਦਸ਼ਾਹ ਦੇ ਬੱਕਰੀਆਂ ਚਲਾਉਣ ਆਉਂਦਾ ਬਾਗ ਦੇ ਵਿੱਚ। ਉਸ ਕੋ ਪਕੜਾ ਹੋਇਆ, ਉਸ ਕੋ ਪਾਲਾ ਹੋਇਆ ਆਈ, ਉਹ ਜਿਹੜੇ ਉਹ ਉਮੀਦ ਨਾਲ ਆਈ, ਉਹਦਾ ਬੇਟਾ ਜਮਾ ਉਸ ਵਾਂ ਤਾਂ ਹੋਲੇ ਉਹ ਬੇਟਾ ਚਾਹ ਅਤੇ ਇੱਕ ਅਨਾਰ ਦਾ ਪੌਦਾ ਆਈ, ਉਹਦੇ ਤਲੇ ਵਾਂ ਤਾਂ ਰੱਖ ਲਈ ਤੁਸੀਂ ਪਿੱਛਾ ਆ ਗਏ ਤਾਂ ਕਿ ਕੂੰ ਪਤਾ ਨਾ ਚੱਲੇ। ਉੱਥੋਂ ਇੱਕ ਬਾਦਸ਼ਾਹ ਦਾ ਗੁਜ਼ਰਾਨ ਸੀ, ਆ ਬਾਦਸ਼ਾਹ ਰੀਟਾ ਵੀ ਬਾਲ ਹੈ, ਬਹੁਤ ਸੋਹਣਾ ਹੈ, ਸੋਹਣਾ ਕਿਉਂ ਨਾ ਹੋਵੇ, ਬਾਦਸ਼ਾਹ ਦਾ ਪੁੱਤਰ ਆਈ, ਉਹ ਵੀ ਲਾਲ ਬਾਦਸ਼ਾਹ ਦਾ ਪੁੱਤਰ ਆਈ। ਚਲੋ ਉਸ ਗੁੱਚਾ ਕੇ ਦਵਾਂ 'ਚ ਐਲਾਨ ਕਰਾ ਰਹੇ ਸੀ ਵੀ ਮੇਰੀ ਔਲਾਦ ਅੱਗੇ ਉਹਦੀ ਔਲਾਦ ਕਰਨਾ ਸਕਾ, ਐਲਾਨ ਕਰਾ ਰਹੇ ਤੁਸੀਂ ਆਪਦੀ ਨਗਰੀ ਦੇ ਵਿੱਚ ਕਿ ਮੇਰਾ ਪੁੱਤਰ ਜੰਮੇ। ਉਹ ਕੋ ਪਾਲਣ ਲੱਗ ਗਏ, ਬਾ ਉਹ ਬਾਲ ਅੱਜ ਕੱਲ੍ਹ ਵੱਡਾ ਥੀਂਦਾ, ਉਹ ਜਵਾਨ ਥੀ ਗਿਆ। ਉੱਡੂ ਗਾਲ ਸੁਣ ਜ਼ਰਾ, ਉਹ ਜਿਹੜਾ ਧੋਬੀ ਕੋ ਹੱਥ ਆਇਆ, ਇੱਕ ਜਮਾਰੋ ਉਹ ਖੇਡਦੇ ਖੜੇ, ਬੇਲੀ ਅੜਾਂ ਦੇ 'ਚ ਆਇਆ ਖੜੇ, ਖੁਦੇ ਬੱਲੇ ਦੀ ਅੜਾਂ ਦੇ 'ਚ ਆਇਆ ਖੜੇ, ਉੱਥੋਂ ਹੰਸ ਰਾਜ ਪੱਖੀ ਦਾ ਗੁਜ਼ਰਾਨ ਥੀ ਹੈ। ਉਸ ਰੇਟਾ ਸਕ ਹੋਵੇ ਨਾ ਤਾਂ ਯਾਰ ਮੈਂ ਰਹੀ ਹੋਏ। ਉਸ ਕੋ ਬੱਲੇ ਕੋ ਕਿੱਕ ਮਾਰੀਏ, ਬੱਲੇ ਨਾਲ ਕਿੱਕ ਮਾਰੀਏ, ਖੁਦਾ ਦੂਰ ਗਈਏ, ਲਾਲ ਬਾਦਸ਼ਾਹ ਚਾਵਣ ਗਈ, ਹੰਸ ਪੱਖੀ ਗਮ ਕਢਾਈਏ, ਬੇਲੀ ਕੋ ਚਾਹਤਾ ਸੀ ਗੈਬ ਥੀ ਗਏ, ਜਿਹੜੇ ਬਾਲ ਖੇਡਦੇ ਖੜੇ ਉਸ ਵਾਂ ਧੋਬੀ ਕਰ ਸਕਦਾ, ਤੇਰਾ ਪੁੱਤਰ ਇਵੇਂ ਵੱਡੀ ਬਲਾਂ ਆਈਏ, ਚਾਤ ਗਈ, ਲੱਤ ਕਿੜੇ, ਸਿਰ ਕਿੜੇ, ਮਰ ਗਈ ਹੋ ਵੀ। ਉਹ ਕੋ ਕਿਡੂ ਤਕਲੀਫ ਥੀ ਵੇ, ਡੇਢ ਦਾ ਹੋਵੇ ਆ ਤਾਂ ਕੋਈ ਤਕਲੀਫ ਥੀ ਹੋ ਸਕੇ, ਚਲੋ ਜੀਜੂ ਦੋ ਆਇਆ ਜਾਨ ਛੁੱਟੀ। ਉਹ ਉਹਨ ਚੋ ਗਿਆ ਪਿੱਛੋਂ ਬਾਦਸ਼ਾਹਜ਼ਾਦੀ ਦਾ ਜਿਹੜਾ ਪੁੱਤਰ ਆਈ, ਉਹ ਜਵਾਨ ਥੀ ਆ, ਉਹ ਟੁੱਟਦਾ ਫਿਰਦਾ ਜੋ ਬਾਗ ਵਿੱਚ ਆਇਆ, ਉਸ ਰਿੱਠਾ ਵੀ ਸਾਡੇ ਮੁਲਾਜ਼ਮ ਦੀ ਧੀ ਹੈ, ਇਤਨੀ ਬੜੀ ਪਿਆਰੀ ਹੈ, ਇਤਨੀ ਖੂਬਸੂਰਤ ਹੈ। ਉਸ ਕੋ ਨਜ਼ਰ ਮਾਰੇ ਵਾਂ ਤਾਂ ਪਿਓ ਕੋ ਖਾਦੇ, ਮੈਂ ਸ਼ਾਦੀ ਕਰੇ ਸਾਂ ਤਾਂ ਆਪਣੇ ਮਾਲੀ ਦੀ ਧੀ ਨਾਲ ਕਰੇ ਸਾਂ। ਉਹ ਕੋ ਇਹ ਪਤਾ ਕਹਿਣਾ ਹੈ ਵੀ ਇਹ ਮੇਰੀ ਮਾਂ ਹੈ।
چلو بادشاہ آکھا بھی ٹھیک ہے آپ رشتہ منگتے ہیں، رشتہ اس نے نہ دیتا تو آپ والا اچھا گن سو زبردستی ہے کر لے سو ایک بھلا کوئی گال ہے۔ بادشاہ پیغام بھیجا اس مالی آکھا بھی او میں ان کو پالا ہے، میں کو لبھیے میں ان کو پالا ہے، میرا حق بن سی میں ان کو پوچھ سا اگر اس ہمیں پالے تو ٹھیک ہے، یا تو بادشاہ زور زبردستی بھی کر سکنے اس کے ٹھیک ہے مشورہ کر لے۔ اس کو آخا ہی میں پوتری میں گال تھی اس کے جنگل دے باغ دے وچ دن دی مائیاں میں کو ڈٹھا توں بادشاہ دے پوترے تے اس کا چلو اس کا ون بادشاہ کو آخ شادی دی تیاری کرے لیکن ڈیل نکاح شروع کرن وال میں کو دس دے میں اس کا چلو تیاریاں شروع تھی گیا برات آ گئی نکاح پڑھاون لگا مولوی، مولوی نکاح شروع کیتا مالی وان تے اس کا پوتر نکاح شروع تھی گئے اس تو برقع کیتا برقع کرتے تے آ گئے اسائیں جیسا نکاح تھیندا اس کا مولوی صاحب روک اگر کدا پوتر تے ماں دا نکاح پڑھایا تو وال سارے پڑھا تا اے میرا پوتر بادشاہ کہ نہیں میرا پوتر، اس کو سو نشانے دیتی لیکن بادشاہ نہ منیا اس کا بادشاہ روک دیوار ایک سائڈ تو کھڑا ایک سائڈ تو میں کرتا میں دو دیدار میرے سا کرے میرا پوتر میرے دو دیدار ہوں تو منہ چ ویسی لوگ آنکھیں یہ بھلا دے دو دیدار زیادہ سفر کرے ایک فٹ دو فٹ پانچ فٹ یہ کتنا دریا تو دیوار تو پار کی میں دیے بادشاہ کا میں کو قبول ہے دیوار دے ایڈو کھڑا اس دو دیدار دیتی دو دیدار ستر او جتنا مرضی کو یاد نا پتھر دے دیوار ہوئے ماں دے دو دیدار اس کو چی دین دیے دو دیدار چوی تے شہزادے دے منہ چ آ گئی وہ شہزادہ چوا تے ماں دے سینے لگ گیا۔ چلو اس کا اماں اگر تو میری ماں ہے تو میرا پیو کہڑا ہے اس کا پتر وقت آیا تو کو لازمی ملے ویسا حالی تو گالی تو انوان ہے کیونکہ یہ ہوں گھروں نکلے آ تو ہنس راج پکھی لبدا تو ودا آئی ہنس راج پکھی دے ہاتھ آیا تو ہنس راج پکھی لبیا یہ ماں پوتر اترا نے پہن جڑا لال بادشاہ ہو ہنس راج پکھی کو الجھا پیا میں تو کو کہانی سنانا پیا اگلی کہانی تک میں کوئی اجازت دے سو اللہ نگہبان۔